याद तेरी है सजना बिंद कसाई दा। रो रो के पल भुगता हस हस लाई दा। ਭਾਵੇਂ ਸਿੰਗਰ ਹੈ ਭਾਵੇਂ ਕੋਈ ਵੀ ਕਿਸੇ ਫੀਲਡ ਨਾਲ ਤੁਸੀਂ ਸਿਰਫ ਆਰਟਿਸਟ ਨੂੰ ਐਜ ਏ ਸਿੰਗਰ ਦੇ ਤੌਰ 'ਤੇ ਹੀ ਨਹੀਂ ਐਕਟਰ ਨੂੰ ਵੀ ਲਿਟਰੇਚਰ ਨਾਲ ਜੁੜਿਆ ਹੋਣਾ ਚਾਹੀਦਾ। ਕਈ ਵਾਰ ਮੈਂ ਵੀ ਸੋਚਦਾ ਕਿ ਸ਼ਾਇਦ ਕੁਛ ਇਸ ਨਾਲੋਂ ਵੀ ਵੱਡਾ ਅਚੀਵਮੈਂਟ ਕੋਈ ਹੋਵੇ ਹੈ ਨਾ ਕਿ ਜੋ ਹਲੇ ਮਤਲਬ ਪ੍ਰਾਪਤ ਕਰਨੀ ਹੋਵੇ। ਜਿਹੜਾ ਸਾਡਾ ਫੀਲਡ ਹੈ ਇਹਦੇ ਵਿੱਚ ਲੋਕ ਮਿੱਠੇ ਬਹੁਤ ਨੇ ਮੂੰਹ ਦੇ, ਠੀਕ ਹੈ ਜੀ। ਤੁਹਾਨੂੰ ਮਤਲਬ ਮਿੱਠੇ ਬਣ ਕੇ ਹੀ ਤੁਹਾਡੇ ਆਪਣੇ ਬਣ ਕੇ ਤੁਹਾਨੂੰ ਮਤਲਬ ਠੱਗੀ ਮਾਰਨੀ ਤੁਹਾਡੇ ਨਾਲ। ਅਤੇ ਰਿਕਾਰਡ ਹੋਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਤੁਸੀਂ ਇਸ ਗਾਣੇ ਨੂੰ ਮਤਲਬ ਇੰਨਾ ਜ਼ਿਆਦਾ ਤੁਸੀਂ ਇਸ 'ਤੇ ਯਕੀਨ ਨਹੀਂ ਕਰ ਸਕਦੇ ਕਿ ਤੁਹਾਨੂੰ ਫੇਮ ਮਿਲੂਗਾ ਇਸ ਗਾਣੇ ਨਾਲ। ਮੇਰੀ ਮਿਹਨਤ ਵੀ ਖੋਈ ਜਾ ਚੁੱਕੀ ਹੈ, ਠੀਕ ਹੈ, ਪੈਸਾ ਵੀ ਬਹੁਤ ਨੁਕਸਾਨ ਹੋਇਆ, ਪਰ ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਮੇਰਾ ਮਨੋਬਲ ਨਹੀਂ ਗਿਰਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪਲੱਸ ਟੀ ਵੀ ਅਤੇ ਮੈਂ ਹਾਂ ਗੁਰਦੇਵ ਧਾਲੀਵਾਲ, ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਹੋਰ ਨਵਾਂ ਐਪੀਸੋਡ। ਅੱਜ ਦਾ ਐਪੀਸੋਡ ਬਹੁਤ ਖਾਸ ਹੈ ਕਿਉਂਕਿ ਮੇਰੇ ਨਾਲ ਬਹੁਤ ਹੀ ਖਾਸ ਸ਼ਖਸੀਅਤ ਮੌਜੂਦ ਹੈ। ਅੱਜ ਮੇਰੇ ਨਾਲ ਹੋਣਗੇ ਬਾਈ ਹਰਵਿੰਦ ਸਿੰਘ। ਬਹੁਤ ਹੀ ਪਿਆਰੇ ਸਿੰਗਰ ਨੇ ਬਾਈ, ਬਹੁਤ ਸੋਹਣਾ ਲਿਖਦੇ ਨੇ, ਕੰਪੋਜ਼ ਕਰਦੇ ਨੇ, ਗਾਉਂਦੇ ਨੇ। ਸੋ ਅੱਜ ਦੀ ਇੰਟਰਵਿਊ ਦੇ ਵਿੱਚ, ਅੱਜ ਦੀ ਗੱਲਬਾਤ ਵਿੱਚ ਆਪਾਂ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ, ਹੁਣ ਤੱਕ ਉਹਨਾਂ ਦੇ ਜਿਹੜੇ ਗਾਇਕੀ ਦੇ ਸਫ਼ਰ ਬਾਰੇ, ਅਤੇ ਨਾਲ ਸੁਣਾਂਗੇ ਬੜੇ ਹੀ ਪਿਆਰੇ ਪਿਆਰੇ ਗੀਤ। ਸੋ ਪਹਿਲਾਂ ਬਾਈ ਦਾ ਸਵਾਗਤ ਕਰ ਲਈਏ ਅਤੇ ਫਿਰ ਕਰਦੇ ਹਾਂ ਗੱਲਬਾਤ। ਬਾਈ ਜੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡਾ ਵੀ, ਤੁਸੀਂ ਮੈਨੂੰ ਇਸ ਚੈਨਲ ਰਾਹੀਂ ਲੋਕਾਂ ਦੇ ਰੂਬਰੂ ਕਰਨ ਜਾ ਰਹੇ ਹੋ। ਬਿਲਕੁਲ ਜੀ, ਬਹੁਤ ਗੱਲਾਂ ਬਾਤਾਂ ਹੋਣਗੀਆਂ ਅੱਜ ਦੇ ਐਪੀਸੋਡ 'ਚ, ਹੈ ਨਾ, ਤੁਹਾਡੀ ਜ਼ਿੰਦਗੀ ਬਾਰੇ, ਜੋ ਹੁਣ ਤੱਕ ਦਾ ਤੁਹਾਡਾ ਇਹ ਮਿਊਜ਼ਿਕ ਦਾ ਸਾਰਾ ਇਹ ਐਕਸਪੀਰੀਅੰਸ ਰਿਹਾ, ਹੈ ਨਾ, ਜਿਹੜਾ ਸਾਰਾ ਸਟਰਗਲ ਰਿਹਾ। ਉਸ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਕੁਛ ਸਾਡੇ ਦਰਸ਼ਕਾਂ ਵਾਸਤੇ ਕੁਛ ਗਾਣਾ ਵਜਾਉਣਾ ਹੋ ਜੇ, ਹੈ ਨਾ, ਤੁਸੀਂ ਕੁਛ ਪੇਸ਼ ਕਰੋ ਪਹਿਲਾਂ, ਫਿਰ ਗੱਲਾਂ ਬਾਤਾਂ ਤਾਂ ਜਾਰੀ ਰਹਿਣਗੀਆਂ। ਜ਼ਰੂਰ ਜੀ, ਜ਼ਰੂਰ ਜੀ। ਮੇਰਾ ਇੱਕ ਗੀਤ ਹੈ ਕੰਪੋਜ਼, ਮੈਂ ਤਕਰੀਬਨ ਬਹੁਤ ਦੇਰ ਪਹਿਲਾਂ ਕੰਪੋਜ਼ ਕੀਤਾ ਹੋਇਆ ਹਾਂ ਜੀ, ਅਤੇ ਤਕਰੀਬਨ 3 ਮਿਊਜ਼ਿਕ ਡਾਇਰੈਕਟਰ ਕੋਲ ਅਸੀਂ ਜਾ ਆਏ, ਅਤੇ ਸਭ ਨੇ ਆਪਣੇ ਆਪਣੇ ਤਰੀਕੇ ਨਾਲ ਇਹਨੂੰ ਕੰਪੋਜ਼ ਅਰੇਂਜਮੈਂਟ ਕਰਕੇ ਦੇਖ ਲਿਆ ਇਹਦਾ, ਪਰ ਹਾਲੇ ਤੱਕ ਪਬਲਿਕ ਸਾਹਮਣੇ ਆਇਆ ਨਹੀਂ, ਅਤੇ ਮੈਂ ਚਾਹੁੰਦਾ ਕਿ ਚਲੋ ਅੱਜ ਸ਼ੁਰੂਆਤ ਇੱਥੋਂ ਹੀ ਕੀਤੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਰਾਜਣਾ ਯਾਦ ਤੇਰੀ ਹੈ ਸਜਣਾ ਬਿੰਦ ਕਸਾਈ ਦਾ। ਯਾਦ ਤੇਰੀ ਹੈ ਸਜਣਾ ਬਿੰਦ ਕਸਾਈ ਦਾ। ਰੋ ਰੋ ਕੇ ਪਲ ਭੁਗਤਾਂ ਹੱਸ ਹੱਸ ਲਾਈ ਦਾ। ਰੋ ਰੋ ਕੇ ਪਲ ਭੁਗਤਾਂ ਹੱਸ ਹੱਸ ਲਾਈ ਦਾ। ਯਾਦ ਤੇਰੀ ਹੈ ਸਜਣਾ ਬਿੰਗ ਕਸਾਈ ਦਾ। ਯਾਦ ਤੇਰੀ ਹੈ ਸਜਣਾ ਬਿੰਗ ਕਸਾਈ ਦਾ। ਰੋ ਰੋ ਕੇ ਪਲ ਭੁਗਤਾਂ ਹੱਸ ਹੱਸ ਲਾਈ ਦਾ। ਰੋ ਰੋ ਕੇ ਪਲ ਭੁਗਤਾਂ ਹੱਸ ਹੱਸ ਲਾਈ ਦਾ। ਚੇਤੇ ਵੀ ਨਾ ਆਉਂਦੀ ਹੋਵਾਂਗੀ, ਹੁਣ ਤਾਂ ਚੇਤੇ ਵੀ ਨਾ ਆਉਂਦੀ ਹੋਵਾਂਗੀ। ਦਰਦ ਪਲਾਂ ਕੀ ਹੋਣੇ ਪੀੜ ਪਰਾਈ ਦਾ। ਦਰਦ ਪਲਾਂ ਕੀ ਹੋਣੇ ਪੀੜ ਪਰਾਈ ਦਾ। ਝੂਠਾ ਲਾਰਾ ਕਦੇ ਕਿਸੇ ਨੂੰ ਲਾਈਏ ਨਾ, ਝੂਠਾ ਲਾਰਾ ਕਦੇ ਕਿਸੇ ਨੂੰ ਲਾਈਏ ਨਾ। ਕੀਤਾ ਵਾਦਾ ਸਾਹਾਂ ਨਾਲ ਨਿਭਾਈ ਦਾ। ਯਾਦ ਤੇਰੀ ਹੈ ਸਜਣਾ ਬਿੰਗ ਕਸਾਈ ਦਾ। ਰੋ ਰੋ ਕੇ ਪਲ ਭੁਗਤਾਂ ਹੱਸ ਹੱਸ ਲਾਈ ਦਾ।
ਫਲ ਭੁਗਤਾ ਹੱਸ ਹੱਸ ਲਾਈਦਾ ਮੈਂ ਤਾਂ ਯਤਨ ਬਥੇਰੇ ਕਰਕੇ ਵੇਖ ਲਏ ਮੈਂ ਤਾਂ ਯਤਨ ਬਥੇਰੇ ਕਰਕੇ ਵੇਖ ਲਏ ਉਹੀ ਢੰਗ ਸਿਖਾ ਜਾ ਕਿਵੇਂ ਭੁਲਾਈਦਾ ਟੰਗ ਸਿਖਾ ਜਾ ਕਿਵੇਂ ਭੁਲਾਈਦਾ ਤੇਰੇ ਕੋਲੋਂ ਸਿੱਖਿਆ ਹੋਣੇ ਗਿਰਗਟ ਵੀ ਤੇਰੇ ਕੋਲੋਂ ਸਿੱਖਿਆ ਹੋਣੇ ਗਿਰਗਟ ਵੀ ਵਕਤ ਤਾੜ ਕੇ ਕਿੱਦਾਂ ਰੰਗ ਵਟਾਈਦਾ ਵਕਤ ਤਾੜ ਕੇ ਕਿੱਦਾਂ ਰੰਗ ਵਟਾਈਦਾ ਯਾਦ ਤੇਰੀ ਹੈ ਸਜਣਾ ਬਿੰਗ ਕਸਾਈਦਾ ਯਾਦ ਤੇਰੀ ਹੈ ਸਜਣਾ ਬਿੰਗ ਕਸਾਈਦਾ ਰੋ ਰੋ ਕੇ ਫਲ ਭੁਗਤਾਂ ਹੱਸ ਹੱਸ ਲਾਈਦਾ ਰੋ ਰੋ ਕੇ ਫਲ ਭੁਗਤਾਂ ਹੱਸ ਹੱਸ ਲਾਈਦਾ ਵਾਹ ਜੀ ਵਾਹ ਬਹੁਤ ਖੂਬ ਜਿਹਨੂੰ ਕਹਿੰਦੇ ਆ ਨਾ ਮੰਤਰ ਮੁਗਧ ਕਰ ਦੇਣਾ ਉੱਦਾਂ ਦੀ ਅਵਸਥਾ 'ਚ ਮੈਂ ਖੁਦ ਪਹੁੰਚ ਗਿਆ ਸੀਗਾ ਬਹੁਤ ਮਿਹਰਬਾਨੀ ਅਤੇ ਮੈਂ ਸੋਚ ਰਿਹਾ ਸੀ ਜੀ ਵੀ ਜਦੋਂ ਇੰਨੇ ਅੱਛੇ ਲਿਰਿਕਸ ਹੋਣ ਹੈ ਨਾ ਇੰਨੀ ਅੱਛੀ ਵੋਕਲ ਹੋਵੇ ਅਤੇ ਮਿਊਜ਼ਿਕ ਦੀ ਹੈ ਨਾ ਤਲੀਮ ਵੀ ਹੋਵੇ ਫਿਰ ਹਰਵਨ ਕਿੱਥੇ ਰਹਿ ਗਿਆ ਹੈ ਨਾ ਇੰਨਾ ਪਿੱਛੇ ਕੋ ਰਹਿ ਗਿਆ ਜਾਂ ਜਿਵੇਂ ਕਹਿੰਦੇ ਕੁਛ ਚੀਜ਼ਾਂ ਰੱਬ ਹੀ ਜਾਣਦਾ ਕਿਸਮਤ ਕਿ ਉਸ ਪਿੱਛੇ ਕੋਈ ਰਾਜ ਹੋ ਸਕਦਾ ਅਤੇ ਕਈ ਵਾਰ ਮੈਂ ਵੀ ਸੋਚਦਾ ਕਿ ਸ਼ਾਇਦ ਕੁਛ ਇਸ ਨਾਲੋਂ ਵੀ ਵੱਡਾ ਅਚੀਵਮੈਂਟ ਕੋਈ ਹੋਵੇ ਹੈ ਨਾ ਕਿ ਜੋ ਹਲੇ ਮਤਲਬ ਪ੍ਰਾਪਤ ਕਰਨੀ ਹੋਵੇ ਰੱਬ ਕਹਿੰਦਾ ਹੋਵੇ ਕਿ ਥੱਲੇ ਹੋਰ ਸਬਰ ਕਰ ਲਾ ਥੋੜ੍ਹਾ ਬਿਲਕੁਲ ਤਾਂ ਇਸ ਤਰ੍ਹਾਂ ਹੀ ਸੋਚ ਨਾਲ ਮੈਂ ਲੱਗੇ ਹੋਏ ਹਾਂ ਕਿ ਕਦੇ ਟਾਈਮ ਆਊਗਾ ਜ਼ਰੂਰ ਕਿਉਂਕਿ ਇਸ ਤਰ੍ਹਾਂ ਨਾ ਕਈਆਂ ਨੂੰ ਸਕਸੈਸ ਜਿਹੜੀ ਉਹ ਥੋੜ੍ਹਾ ਜਿਹਾ ਕਰਕੇ ਜਲਦੀ ਮਿਲ ਜਾਂਦੀ ਹੈ ਹਾਂਜੀ ਕਈਆਂ ਦੀ ਕਿਸਮਤ 'ਚ ਇਹ ਲਿਖਿਆ ਹੁੰਦਾ ਵੀ ਸਕਸੈਸ ਤਾਂ ਮਿਲਣੀ ਤੈਅ ਹੁੰਦੀ ਹੈ ਪਰ ਇੱਕ ਲੰਬਾ ਸਟਰਗਲ ਕਰਕੇ ਤੁਹਾਨੂੰ ਮਿਲਣੀ ਹਾਂਜੀ ਹੈ ਨਾ ਹੋ ਸਕਦਾ ਕੋਈ ਇੱਦਾਂ ਦਾ ਹੋਵੇ ਹੈ ਨਾ ਸੋ ਆਪਾਂ ਗੱਲਬਾਤ ਤੋਰਦੇ ਹਾਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਬਾਰੇ ਘਰ ਪਰਿਵਾਰ ਬਾਰੇ ਥੋੜ੍ਹਾ ਜਿਹਾ ਕਿੱਥੇ ਰਹਿੰਦੇ ਹੋ ਤੁਸੀਂ ਆਪਣੇ ਬਾਰੇ ਦੱਸੋ ਪਿਛੋਕੜ ਜੱਦੀ ਸਾਡਾ ਬਹਾਦਰਗੜ੍ਹ ਹੈ ਜੀ ਠੀਕ ਹੈ ਜੀ ਸ਼ੁਰੂ ਤੋਂ ਦਾਦੇ ਪੜਦਾਦੇ ਅਤੇ ਫਾਦਰ ਸਾਹਿਬ ਵੀ ਇੱਥੇ ਨੇ ਜੀ ਹੁਣ ਮੈਂ ਵੀ ਫਿਲਹਾਲ ਤੁਸੀਂ ਹੈ ਕਿ ਬਹਾਦਰਗੜ੍ਹ ਅਤੇ ਫਾਦਰ ਸਾਹਿਬ ਜੋਬ ਕਰਦੇ ਸੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਓਕੇ ਜੀ ਅਤੇ ਰਿਟਾਇਰਡ ਨੇ ਹੁਣ ਮਦਰ ਹਾਊਸ ਬੇਕਰ ਸੀ ਅਤੇ ਮੈਨੂੰ ਥੋੜ੍ਹਾ ਮਿਊਜ਼ਿਕ ਦਾ ਸ਼ੌਂਕ ਸੀ ਬਚਪਨ ਤੋਂ ਹੀ ਬਸ ਸ਼ੌਂਕ ਕਿੱਦਾਂ ਪੈ ਗਿਆ ਜਦੋਂ ਘਰ 'ਚ ਉੱਦਾਂ ਦਾ ਮਾਹੌਲ ਨਹੀਂ ਹੈਗਾ ਹੈ ਨਾ ਨਹੀਂ ਹਾਂ ਜੋਬ ਕਰਦੇ ਨੇ ਉੱਦਾਂ ਨੇ ਫਿਰ ਕਿਵੇਂ ਤੁਹਾਨੂੰ ਕਿੱਥੋਂ ਚਿਟਕ ਲੱਗ ਗਈ ਜਾਂ ਚਿਟਕ ਸੁਣ ਕੇ ਲੱਗੀ ਪਹਿਲਾਂ ਮੈਨੂੰ ਖੁਦ ਨਹੀਂ ਯਾਦ ਕਿ ਚਿਟਕ ਕਦੋਂ ਲੱਗੀ ਅਤੇ ਕਿੱਥੋਂ ਲੱਗੀ ਤਕਰੀਬਨ ਤੀਜੀ ਚੌਥੀ ਵਿੱਚ ਪੜ੍ਹਦੇ ਸੀ ਮੇਰੇ ਦੋ ਫਰੈਂਡ ਹੁੰਦੇ ਸੀ ਅਤੇ ਉਹ ਮੈਨੂੰ ਮਤਲਬ ਗਾਣੇ ਬਹੁਤ ਸੁਣਿਆ ਕਰਦੇ ਸੀ ਮੇਰੇ ਕੋਲੋਂ ਅੱਛਾ ਛੋਟੇ ਹੁੰਦੇ ਅਤੇ ਮੈਨੂੰ ਕਦੇ ਮਤਲਬ ਇਸ ਤਰ੍ਹਾਂ ਦਾ ਕਦੇ ਜਿਵੇਂ ਕਹਿੰਦਾ ਸੁਪਨਾ ਵੀ ਨਹੀਂ ਆਇਆ ਸੀ ਕਿ ਮੈਂ ਇਸ ਲਾਈਨ ਵਿੱਚ ਆਪਣਾ ਮਤਲਬ ਇਸ ਲਾਈਨ ਇਹ ਲਾਈਨ ਜੁਆਇਨ ਕਰਾਂਗਾ ਫੀਲਡ ਜੁਆਇਨ ਕਰਾਂਗਾ ਕਿਉਂਕਿ ਫਾਦਰ ਸਾਹਿਬ ਬਿਲਕੁਲ ਹੀ ਨਹੀਂ ਇਸ 'ਚ ਇੰਟਰਸਟਡ ਸੀ ਮੇਰੇ ਅਤੇ ਫਿਰ ਉਹ ਮਤਲਬ ਗਾ ਲੈਂਦੇ ਸੀ ਉਸ ਟਾਈਮ ਕਦੇ ਐਂ ਨਹੀਂ ਸੋਚਿਆ ਸੀ ਕਿ ਇਹ ਫੀਲਡ ਕਦੇ ਜੁਆਇਨ ਕਰਾਂਗੇ ਪ੍ਰੋਫੈਸ਼ਨ ਆਹ ਅਪਣਾਵਾਂਗੇ ਅਤੇ ਫਿਰ 10th ਕਲਾਸ ਵਿੱਚ ਲੱਗਿਆ ਕਿ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਮੇਰੀ ਸ਼ੁਰੂਆਤ ਕੀਤੀ ਕਿ ਹਾਂ ਹੁਣ ਗਾਇਕੀ ਸਿੱਖਣੀ ਦਸਵੀਂ ਕਲਾਸ ਦੇ ਵਿੱਚ ਸੀ ਜਦੋਂ ਤੁਸੀਂ ਆਪਣੇ ਮਨ ਚ ਧਾਰ ਲਿਆ ਜਾਂ ਤੁਹਾਨੂੰ ਲੱਗ ਗਿਆ ਵੀ ਹੁਣ ਮੈਂ ਇਸੇ ਫੀਲਡ 'ਚ ਜਾਣਾ ਹਨਾ ਜੋ ਕਰਨਾ ਇਸੇ ਫੀਲਡ 'ਚ ਹੀ ਕਰਨਾ ਬਿਲਕੁਲ ਓਕੇ ਤੇ ਫਿਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਸਿਰਫ ਸ਼ੌਂਕ ਹੀ ਨਹੀਂ ਬਕਾਇਦਾ ਤੁਸੀਂ ਤਲੀਮ ਲਈ ਹੈ ਨਾ ਐਮ ਏ ਤੁਸੀਂ ਕਰੀ ਆ ਮਿਊਜ਼ਿਕ ਦੇ ਵਿੱਚ ਉਹ ਆਪਣੀ ਜਿਹੜੀ ਸਾਰੀ ਤਲੀਮ ਪੜ੍ਹਾਈ ਉਹਦੇ ਬਾਰੇ ਵੀ ਸਾਨੂੰ ਦੱਸੋ ਐਮ ਏ ਦਾ ਬਾਅਦ 'ਚ ਕੀਤੀ ਮੈਂ ਜਦੋਂ ਤੁਹਾਨੂੰ ਦੱਸਿਆ ਕਿ ਮੈਂ 10th ਕਲਾਸ ਵਿੱਚ ਡਿਸੀਜਨ ਲੈ ਲਿਆ ਸੀ ਕਿ ਮੈਂ ਆਪਣਾ ਪ੍ਰੋਫੈਸ਼ਨ ਬਣਾਉਣਾ ਇਹਨੂੰ ਓਕੇ ਤਾਂ ਫਿਰ ਉਸ ਤੋਂ ਬਾਅਦ ਮੈਂ ਸਿੱਖਣਾ ਸ਼ੁਰੂ ਕਰਤਾ ਸੀ ਪੰਡਿਤ ਜਵਾਹਰ ਜੀ ਨੇ ਓਕੇ ਅਤੇ ਇਹ ਕਿੱਥੇ ਨੇ ਮਤਲਬ ਪਟਿਆਲੇ 'ਚ ਅਨਾਰਦਾਨਾ ਚੌਂਕ ਹਾਂਜੀ ਆਹ ਪਟਿਆਲੇ 'ਚ ਅਤੇ ਐਕਸਪਾਇਰ ਹੋ ਗਏ ਹੁਣ ਅਤੇ ਉਹਨਾਂ ਕੋਲੋਂ ਬਹੁਤ ਵਧੀਆ ਵਧੀਆ ਆਰਟਿਸਟ ਜਿਵੇਂ ਗੁਰਸੇਵਕ ਮਾਨ ਸਤਵਿੰਦਰ ਬਿੱਟੀ ਓਕੇ ਸਾਡੇ ਪਟਿਆਲੇ ਦੇ ਲੋਕਲ ਆਰਟਿਸਟ ਨੇ ਜਸਪਾਲ ਜੱਸੀ ਜੀ ਜੀ ਠੀਕ ਹੈ ਅਤੇ ਇੱਦਾਂ ਦੇ ਮਤਲਬ ਨਾਮਵਰ ਆਰਟਿਸਟ ਉਹਨਾਂ ਨੇ ਮਤਲਬ ਆਪਣੀ ਜਿਵੇਂ ਦੇਣ ਨੇ ਉਹਨਾਂ ਨੇ ਪੈਦਾ ਕੀਤਾ ਅਤੇ ਗੁਰਦਾਸ ਮਾਨ ਸਾਹਿਬ ਜੀ ਜੀ ਠੀਕ ਹੈ ਉਹ ਵੀ ਕੁਛ ਅਰਸਾ ਉਹਨਾਂ ਕੋਲੋਂ ਸਿੱਖੇ ਗਏ ਨੇ
ਠੀਕ ਹੈ ਮਤਲਬ ਇੱਦਾਂ ਦੇ ਬਹੁਤ ਹੀ ਆਲਾ ਦਰਜੇ ਦੇ ਜਿਵੇਂ ਕਹਿ ਸਕਦੇ ਹੋ ਤੁਸੀਂ ਕਿ ਆਰਟਿਸਟ ਉਹਨਾਂ ਹੀ ਦੇਣ ਨੇ ਤਾਂ ਮੈਂ ਵੀ ਆਪਣਾ ਜਿਵੇਂ ਕਹਿ ਲਓ ਮੇਰੀ ਕਿਸਮਤ ਅੱਛੀ ਸੀ ਕਿ ਮੈਨੂੰ ਉਹਨਾਂ ਦੀ ਸ਼ਾਗਿਰਦੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਅਤੇ ਫਿਰ ਉਸ ਤੋਂ ਬਾਅਦ ਖਾਲਸਾ ਕਾਲਜ ਵਿੱਚ ਵੀ ਮਿਊਜ਼ਿਕ ਦੇ ਸਬਜੈਕਟ ਹੀ ਸੀ ਮੇਰੇ ਕੋਲ ਅਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਿਊਜ਼ਿਕ ਦੀ MA ਓਕੇ ਕੰਪਲੀਟ ਕੀਤੀ ਤਾਂ ਮਤਲਬ 10th ਕਲਾਸ ਤੋਂ ਬਾਅਦ ਮਿਊਜ਼ਿਕ ਨਾਲ ਇੱਕ ਤਰ੍ਹਾਂ ਜਿਵੇਂ ਕਹਿ ਲਓ ਕਿ ਸਾਂਝ ਰਹੀ ਹੈ ਮੈਨੂੰ ਤੁਹਾਡੀਆਂ ਗੱਲਾਂ ਬਾਤਾਂ ਤੋਂ ਤੁਹਾਡੇ ਅਲਫਾਜ਼ਾਂ ਤੋਂ ਇੰਝ ਵੀ ਲੱਗਦਾ ਵੀ ਤੁਸੀਂ ਲਿਟਰੇਚਰ ਦਾ ਵੀ ਤੁਹਾਨੂੰ ਹੈਗਾ ਰਿਹਾ ਸ਼ੌਂਕ ਕਿਤੇ ਹਾਂਜੀ ਲਿਟਰੇਚਰ ਦਾ ਵੀ ਹੈਗਾ ਗੱਲਬਾਤ ਤੋਂ ਪਤਾ ਲੱਗਦਾ ਬੰਦੇ ਦਾ ਹਾਂਜੀ ਅਤੇ ਕਿਉਂਕਿ ਪਤਾ ਕੀ ਹੁੰਦਾ ਇੱਕ ਆਰਟਿਸਟ ਅਤੇ ਲਿਟਰੇਚਰ ਦੀ ਕਹਿ ਕਹਿ ਲਓ ਜਿਵੇਂ ਵੀ ਨਦੀ ਦੇ ਦੋ ਕਿਨਾਰੇ ਨੇ ਵਾਜੀ ਵਾਹ ਠੀਕ ਹੈ ਕਿ ਉਹ ਮਤਲਬ ਹਮੇਸ਼ਾ ਨਾਲ ਬਰਾਬਰ ਬਰਾਬਰ ਹੀ ਚੱਲਣਗੇ ਜਦੋਂ ਤੱਕ ਮਤਲਬ ਜਿਸ ਤੱਕ ਜਾਊਗਾ ਆਰਟਿਸਟ ਲਿਟਰੇਚਰ ਉਹਦੇ ਨਾਲ ਹੀ ਚੱਲਦਾ ਰਹੂਗਾ ਓਕੇ ਓਕੇ ਭਾਵੇਂ ਸਿੰਗਰ ਹੈ ਭਾਵੇਂ ਕੋਈ ਵੀ ਕਿਸੇ ਵੀ ਫੀਲਡ ਨਾਲ ਤੁਸੀਂ ਸਿਰਫ ਆਰਟਿਸਟ ਨੂੰ ਐਜ਼ ਏ ਸਿੰਗਰ ਦੇ ਤੌਰ 'ਤੇ ਹੀ ਨਹੀਂ ਐਕਟਰ ਨੂੰ ਵੀ ਲਿਟਰੇਚਰ ਨਾਲ ਜੁੜਿਆ ਹੋਣਾ ਚਾਹੀਦਾ ਠੀਕ ਹੈ ਐਕਟਰ ਨੂੰ ਕੀ ਮਿਊਜ਼ਿਕ ਡਾਇਰੈਕਟਰ ਨੂੰ ਲਿਟਰੇਚਰ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਕ੍ਰੀਏਟੀਵਿਟੀ ਆਪਣੇ 'ਚੋਂ ਕੱਢਦੀ ਹੈ ਨਾ ਬਿਲਕੁਲ ਅਤੇ ਲਿਟਰੇਚਰ ਨਾਲ ਬੰਦਾ ਨਹੀਂ ਰਿਲੇਸ਼ਨ ਰੱਖੂਗਾ ਤਾਂ ਮੈਨੂੰ ਲੱਗਦਾ ਕਿ ਉਨਾ ਜ਼ਿਆਦਾ ਵਧੀਆ ਗਾ ਸਕਦਾ ਜਾਂ ਪਰਫੋਰਮ ਕਰ ਸਕਦਾ ਐਕਟ ਕਰ ਸਕਦਾ ਹੈ ਨਾ ਮਿਊਜ਼ਿਕ ਡਾਇਰੈਕਟ ਕਰ ਸਕਦਾ ਈਵਨ ਕਿ ਮੂਵੀ ਡਾਇਰੈਕਟ ਕਰ ਸਕਦਾ ਹੈ ਨਾ ਬਿਲਕੁਲ ਬਿਲਕੁਲ ਅੱਛਾ ਗੱਲਬਾਤ ਤੁਸੀਂ ਆਪਣੀ MA ਤੱਕ ਦੀ ਦੱਸੀ ਹੈ ਨਾ ਇੱਥੋਂ ਤੱਕ ਤਾਂ ਆਦਮੀ ਮਤਲਬ ਸਿਖਲਾਈ ਲੈਂਦਾ ਕਹਿ ਲਓ ਸਿੱਖਦਾ ਹੈ ਨਾ ਲਰਨਿੰਗ ਕਰ ਰਿਹਾ ਅਸਲੀ ਜਿਹੜਾ ਸਟਰਗਲ ਆ ਉਹ ਤਾਂ ਮਤਲਬ ਪਾਸ ਆਊਟ ਹੋਣ ਤੋਂ ਬਾਅਦ 'ਚ ਜਦੋਂ ਅਸੀਂ ਫੀਲਡ 'ਚ ਜਾਂਦੇ ਹੈ ਨਾ ਹਾਂਜੀ ਫਿਰ ਕਿਵੇਂ ਫੀਲਡ ਦਾ ਤਜਰਬਾ ਦੱਸੋ ਵੀ ਫਿਰ ਕਿੱਧਰ ਨੂੰ ਗਏ ਉੱਥੇ ਯੂਨੀਵਰਸਿਟੀ ਪਾਸ ਹੁੰਦਿਆਂ ਸਾਰ ਫਿਰ ਕੀ ਸੋਚਿਆ ਕੀ ਪਲੈਨਿੰਗ ਕੀਤੀ ਤਜਰਬਾ ਜੇ ਤੁਸੀਂ ਮਤਲਬ ਜਿਵੇਂ ਕਹਿ ਲਓ ਸੰਘਰਸ਼ ਦਾ ਸੰਘਰਸ਼ ਤਾਂ ਚਲੋ ਜਿਵੇਂ ਕਹਿ ਲਓ ਨਾ ਕਿ ਕਾਲਜ ਟਾਈਮ ਤੋਂ ਹੀ ਸ਼ੁਰੂ ਹੋ ਗਿਆ ਸੀ ਕਿਉਂਕਿ ਉੱਥੇ ਹੀ ਨਾ ਜਿਵੇਂ ਕਹਿ ਲਓ ਪਾਰਸ਼ੈਲਿਟੀ ਸਿਫਾਰਿਸ਼ਾਂ ਕਿ ਕਿਸ ਆਰਟਿਸਟ ਨੇ ਗਾਣਾ ਕਿਸ ਨੇ ਨਹੀਂ ਗਾਣਾ ਜੇ ਕੋਈ ਵਧੀਆ ਵੀ ਗਾਉਂਦਾ ਪ੍ਰੋਫੈਸਰ ਸਾਹਿਬ ਨਾਲ ਬਣਦੀ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਉਹਨੂੰ ਅੱਗੇ ਲੈ ਆਉਣਗੇ ਉਹ ਤਾਂ ਯੂਨੀਵਰਸਿਟੀਆਂ 'ਚ ਵੀ ਆਹੀ ਕੁਛ ਹੈ ਮਾਰਕਿੰਗ ਵੀ ਉਸਦੇ ਅਕੋਰਡਿੰਗ ਹੀ ਹੁੰਦੀ ਹੈ ਮੈਨੂੰ ਲੱਗਦਾ ਕਿ ਚੰਗੇ ਲੋਕਾਂ ਦਾ ਜਿਹੜਾ ਸ਼ੋਸ਼ਣ ਹੈ ਉਹ ਇੱਥੋਂ ਹੀ ਸਟਾਰਟ ਹੋ ਜਾਂਦਾ ਹਾਂਜੀ ਹਾਂਜੀ ਜਦੋਂ ਆਪਾਂ ਇੱਥੋਂ ਹੀ ਜਦੋਂ ਫੈਸਟੀਵਲ 'ਚ ਅਸੀਂ ਨੋਟ ਕਰ ਲਿਆ ਸੀ ਕਿ ਸਾਡਾ ਮਤਲਬ ਇਹ ਚੀਜ਼ਾਂ ਹੋਣਗੀਆਂ ਅੱਗੇ ਅੱਗੇ ਬਹੁਤ ਪਰ ਜਿੰਨਾ ਮਤਲਬ ਹੋਇਆ ਉਨੇ ਦੀ ਉਮੀਦ ਨਹੀਂ ਸੀ ਠੀਕ ਹੈ MA ਤੋਂ ਬਾਅਦ ਜਿਵੇਂ ਮਤਲਬ ਐਲਬਮ ਦੀ ਤਿਆਰੀ ਸ਼ੁਰੂ ਕੀਤੀ ਜੀ ਫਿਰ ਉਸ ਤੋਂ ਬਾਅਦ ਜੋ ਕੁਛ ਦੇਖਣ ਨੂੰ ਮਿਲਿਆ ਇੰਨੇ ਦੀ ਉਮੀਦ ਨਹੀਂ ਸੀ ਕਿ ਇੰਨਾ ਕੁਛ ਵੀ ਚੱਲਣਾ ਪਊਗਾ ਅੱਛਾ ਤੁਸੀਂ ਆਪਾਂ ਤੁਹਾਡੇ ਤੋਂ ਫਿਰ ਗਾਣਾ ਸੁਣਨਾ ਫਿਰ ਪਰ ਉਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਵੀ ਇੰਨਾ ਸੋਚਿਆ ਨਹੀਂ ਸੀ ਵੀ ਜਿੰਨਾ ਕੁਛ ਹੋਊਗਾ ਮਤਲਬ ਖੁੱਲ੍ਹ ਕੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕੀ ਮੁਸ਼ਕਲ ਆਈ ਤੁਹਾਡੇ ਐਲਬਮ ਦੌਰਾਨ ਜਾਂ ਐਲਬਮ ਬਣੀ ਨਹੀਂ ਜਾਂ ਕੰਪਲੀਟ ਹੋ ਗਈ ਜਾਂ ਰਿਲੀਜ਼ ਨਹੀਂ ਹੋ ਸਕੀ ਜਾਂ ਕੰਪਨੀ ਕਿਸ ਤਰ੍ਹਾਂ ਦੀ ਕੋਈ ਠੱਗੀ ਕਰ ਗਈ ਜਾਂ ਤੁਹਾਡੇ ਨਾਲ ਧੋਖਾ ਕਰ ਗਈ ਐਕਚੁਅਲੀ ਜਿਹੜਾ ਸਾਡਾ ਫੀਲਡ ਹੈ ਇਹਦੇ ਵਿੱਚ ਲੋਕ ਮਿੱਠੇ ਬਹੁਤ ਨੇ ਮੂੰਹ ਦੇ ਠੀਕ ਹੈ ਜੀ ਤੁਹਾਨੂੰ ਮਤਲਬ ਮਿੱਠੇ ਬਣ ਕੇ ਹੀ ਤੁਹਾਡੇ ਆਪਣੇ ਬਣ ਕੇ ਤੁਹਾਨੂੰ ਮਤਲਬ ਠੱਗੀ ਮਾਰਨੀ ਤੁਹਾਡੇ ਨਾਲ ਹੁਣ ਮਿਊਜ਼ਿਕ ਡਾਇਰੈਕਟਰ ਤੋਂ ਸ਼ੁਰੂ ਕਰ ਲੈਂਦੇ ਹਾਂ ਹੈ ਨਾ ਆਪਾਂ ਜੀ ਮਿਊਜ਼ਿਕ ਡਾਇਰੈਕਟਰ ਤੋਂ ਕੰਪਨੀ ਤੱਕ ਦਾ ਸਫ਼ਰ ਜਿਹੜਾ ਮੇਰਾ ਤੈਅ ਹੋਇਆ ਹੈ ਨਾ ਜੀ ਮਿਊਜ਼ਿਕ ਡਾਇਰੈਕਟਰ ਕੋਲ ਮੈਂ ਗਿਆ ਇੱਕ ਸੌਂਗ ਲੈ ਕੇ ਗਿਆ ਸੀ ਕਿ ਅਸੀਂ ਇੱਕ ਸਿੰਗਲ ਟਰੈਕ ਕਰਨਾ ਅਤੇ ਹੁਣ ਦੇਖੋ ਉਹਨਾਂ ਨੇ ਮਤਲਬ ਕਹਿੰਦੇ ਵੀ ਤੁਹਾਡਾ ਆਵਾਜ਼ ਤੁਹਾਡੀ ਬਹੁਤ ਸੋਹਣੀ ਆ ਪਰ ਜਿਹੜਾ ਗਾਣਾ ਤੁਸੀਂ ਮਤਲਬ ਚੂਜ਼ ਕੀਤਾ ਇਹ ਉਨਾ ਮਤਲਬ ਫੇਮਸ ਨਹੀਂ ਹੋ ਸਕਦਾ ਰਿਕਾਰਡ ਹੋਣ ਤੋਂ ਬਾਅਦ ਹੈ ਨਾ ਜਾਂ ਤਾਂ ਤੁਸੀਂ ਰਿਕਾਰਡ ਕਰਨ ਤੋਂ ਪਹਿਲਾਂ ਦੱਸ ਦੇ ਅਤੇ ਰਿਕਾਰਡ ਹੋਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਤੁਸੀਂ ਇਸ ਗਾਣੇ ਨੂੰ ਮਤਲਬ ਇੰਨਾ ਜ਼ਿਆਦਾ ਤੁਸੀਂ ਇਸ 'ਤੇ ਯਕੀਨ ਨਹੀਂ ਕਰ ਸਕਦੇ ਕਿ ਤੁਹਾਨੂੰ ਫੇਮ ਮਿਲੂਗਾ ਇਸ ਗਾਣੇ ਨਾਲ ਓਕੇ ਤਾਂ ਉਹਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੂਰੀ ਐਲਬਮ ਕਿ ਇੱਕ ਸਿੰਗਲ ਟਰੈਕ ਨਾ ਪਹਿਲਾਂ ਸਿੰਗਲ ਟਰੈਕ ਲੈ ਕੇ ਗਏ ਸੀ ਓਕੇ ਤਾਂ ਫਿਰ ਉਹਨੇ ਕਿਹਾ ਕਿ ਤੁਸੀਂ ਐਲਬਮ ਕਰੋ ਤੁਹਾਨੂੰ ਮਤਲਬ ਜਿਵੇਂ ਕਹਿ ਲਓ ਮੈਟਰ ਮੈਂ ਕਰਵਾ ਦਾਂਗਾ ਅਰੇਂਜ ਠੀਕ ਹੈ ਬਹੁਤ ਮੇਰੇ ਰਿਲੇਸ਼ਨ ਨੇ ਆਰ ਗੁਰੂ ਦਾ ਤੁਸੀਂ ਨਾਂ ਸੁਣਿਆ ਹੋਣਾ ਹੈ ਨਾ ਅੱਛਾ ਓਕੇ ਉਹਨਾਂ ਦਾ ਅਤੇ ਹੋਇਆ ਕਿ ਫਿਰ ਅਸੀਂ ਸਾਨੂੰ ਵੀ ਲੱਗਿਆ ਕਿ ਚਲੋ ਠੀਕ ਹੈ ਇੱਕ ਨਾਮਵਰ ਮਿਊਜ਼ਿਕ ਡਾਇਰੈਕਟਰ ਸਾਨੂੰ ਇਹ ਗੱਲ ਕਹਿ ਰਿਹਾ ਕਿ ਹੋ ਸਕਦਾ ਕੁਛ ਹੋਊਗਾ ਅੰਦਰ ਹੈ ਨਾ ਤਾਂ ਫਿਰ ਉਹਦੇ ਕਹਿਣ 'ਤੇ ਸਾਨੂੰ ਟੇਪ ਨਾਲ ਮੰਗਾ ਲੈਣਾ ਪਿਆ ਓਕੇ ਓਕੇ ਟੇਪ ਨਾਲ ਇੱਕ ਵਾਰ ਮਤਲਬ ਉਹਨੇ ਜਿਵੇਂ ਹਾਫ ਪੇਮੈਂਟ ਲੈ ਲਈ ਉਸ ਤੋਂ ਬਾਅਦ ਉਹਦੀ ਜਿਹੜੀ ਸੀ ਵਰਡਿੰਗ ਜਾਂ ਉਹਦਾ ਬਿਹੇਵੀਅਰ ਚੇਂਜ ਹੋ ਗਿਆ ਆਰ ਗੁਰੂ ਦਾ ਹਾਂਜੀ ਓਕੇ ਅਤੇ ਉਹਨੂੰ ਪਤਾ ਸੀ ਪੇਮੈਂਟ ਆ ਗਈ ਹਾਫ ਪੇਮੈਂਟ ਆ ਗਈ ਠੀਕ ਹੈ ਜਿਹੜਾ ਸਿੰਗਲ ਟਰੈਕ ਸੀ ਉਹਦੀ ਕੰਪਲੀਟ ਹੋ ਗਈ ਸੀ ਉਹਦੀ ਦਿੱਤੀ ਹੋਈ ਸੀ ਪੇਮੈਂਟ ਅਤੇ ਤਕਰੀਬਨ 5-6 ਗਾਣੇ ਦੀ ਪੇਮੈਂਟ ਉਹਦੇ ਕੋਲ ਚੱਲੀ ਗਈ ਸੀ ਅਤੇ ਫਿਰ ਉਹਨੂੰ ਐਂ ਲੱਗਿਆ ਕਿ ਹੁਣ ਜਿਵੇਂ ਮਰਜ਼ੀ ਅਸੀਂ ਭਾਵੇਂ ਸਾਲ ਕੰਮ ਨਾ ਕਰੀਏ ਸਾਡੇ ਕੋਲ ਫਸ ਗਿਆ ਜਾਂ ਮਤਲਬ ਨਾ ਕੁੰਡੀ ਸਾਡੇ ਕੋਲ ਇੱਕ ਜੋ ਮਤਲਬ ਜੋ ਅਸੀਂ ਫਸਾਣਾ ਸੀ ਹੈ ਨਾ ਮੱਛਲੀ ਕਹਿੰਦੇ ਆ ਜਿਵੇਂ ਕਿ ਉਹ ਸਾਡੇ ਕੋਲ ਫਸ ਚੁੱਕੀ ਆ ਅਤੇ ਉਹ ਹੋ ਗਿਆ ਠੀਕ ਹੈ ਫਿਰ ਉਸ ਤੋਂ ਬਾਅਦ ਵੀਡੀਓ ਡਾਇਰੈਕਟਰਸ
ਅੱਛਾ ਫਿਰ ਉਹ ਐਲਬਮ ਉਹਨਾਂ ਨੇ ਰਿਕਾਰਡ ਕਰਤੀ ਨੇ ਮਤਲਬ ਮਿਊਜ਼ਿਕ ਉਹਦਾ ਕਰਤਾ ਹਾਂ ਮਿਊਜ਼ਿਕ ਤਾਂ ਕਰਤਾ 2 ਸਾਲ ਲੱਗੇ ਪਰ ਜਿਵੇਂ ਸਾ ਮਤਲਬ ਜੋ ਮੇਰੀ ਰਿਕੁਆਇਰਮੈਂਟ ਸੀ ਠੀਕ ਹੈ ਜਿਵੇਂ ਦੇ ਮੈਂ ਅਰੇਂਜਮੈਂਟ ਭਾਲਦਾ ਸੀ ਕਿ ਅਰੇਂਜ ਇਦਾਂ ਹੋਵੇ ਹੈਨਾ ਮੇਰੇ ਗਾਣਿਆਂ ਦਾ ਜਿੰਨਾ ਚੰਗਾ ਮਿਊਜ਼ਿਕ ਚਾਹੀਦਾ ਸੀ ਉਹਨਾਂ ਨੇ ਉਹ ਮਤਲਬ ਨਹੀਂ ਕੀਤਾ ਇੱਕ ਤਾਂ ਲੇਟ ਕੀਤਾ ਚਾਲੂ ਕੰਮ ਕਰਤਾ ਫਿਰ ਜਲਦੀ ਤੇ ਦੂਜਾ ਮਤਲਬ ਮੇਰੀ ਸੈਟੀਸਫੈਕਸ਼ਨ ਨਹੀਂ ਹੋਈ ਅੱਛਾ ਮਿਊਜ਼ਿਕ ਡਾਇਰੈਕਟਰ ਨੇ ਹੈਨਾ ਜਿਹੜਾ ਬੜਾ ਤੁਹਾਨੂੰ ਲਟਕਾਇਆ ਸਾਲ 2 ਸਾਲ ਤੁਹਾਡੇ ਜਿਹੜੇ ਐਲਬਮ ਨੂੰ ਤਿਆਰ ਕਰਨ ਤੇ ਲਾਤੇ ਅੱਛਾ ਫਿਰ ਵੀਡੀਓ ਡਾਇਰੈਕਟਰ ਨਾਲ ਤਜਰਬਾ ਜਿਹੜਾ ਤੁਹਾਡਾ ਕਿਵੇਂ ਰਿਹਾ ਜਿਹੜਾ ਤੁਸੀਂ ਕਹਿ ਰਹੇ ਸੀ ਜਿਵੇਂ ਮਿਊਜ਼ਿਕ ਡਾਇਰੈਕਟਰ ਨੇ ਕੀਤੀ ਅੱਛਾ ਜੀ ਵੀਡੀਓ ਡਾਇਰੈਕਟਰ ਦਾ ਵੀ ਸੇਮ ਪ੍ਰੋਸੈਸ ਰਿਹਾ ਉਹ ਵੀ ਪਹਿਲਾਂ ਮਤਲਬ ਜਦੋਂ ਡੀਲ ਹੋ ਰਹੀ ਸੀ ਉਦੋਂ ਕੁਛ ਹੋਰ ਗੱਲ ਤੇ ਜਦੋਂ ਡੀਲ ਫਾਈਨਲ ਹੋ ਗਈ ਜਾਂ ਪੇਮੈਂਟ ਚਲੀ ਗਈ ਫਿਰ ਉਸ ਤੋਂ ਬਾਅਦ ਕੁਛ ਹੋਰ ਹੋ ਗਏ ਤਾਂ ਫਿਰ ਉਹ ਚੀਜ਼ਾਂ ਮਤਲਬ ਨਾਲੇ ਮੈਂ ਕਹਿੰਦਾ ਜਿਸ ਦੌਰ 'ਚ ਤੁਸੀਂ ਵੀਡੀਓ ਕੀਤੀ ਹੈ ਨਾ ਉਦੋਂ ਸ਼ਾਇਦ ਨਵਾਂ ਨਵਾਂ ਦੌਰ ਹੀ ਸੀਗਾ ਵੀਡੀਓ ਦਾ ਹੈ ਨਾ ਉਦੋਂ ਲੋਕਾਂ ਲਈ ਬੜਾ ਉਹ ਸੀਗਾ ਵੀ ਕਰੇਜ਼ ਸੀਗਾ ਵੀਡੀਓ ਜਾਂ ਕੈਮਰੇ ਕਿੱਦਾਂ ਦੇ ਹੋਣਗੇ ਹੈ ਨਾ ਸਾਰਾ ਕੁਛ ਬੜਾ ਮਹਿੰਗਾ ਸੌਦਾ ਸੀ ਹੈ ਨਾ ਸ਼ਾਇਦ ਅੱਜ ਵਰਗਾ ਨਹੀਂ ਸੀ ਮੈਂ ਨਾ ਜਿਵੇਂ ਤੁਹਾਨੂੰ ਦੱਸਾਂ ਕਿ ਉਸ ਟਾਈਮ ਕੁਛ ਕੈਮਰੇ ਇੱਦਾਂ ਦੇ ਸੀ ਜਿਨ੍ਹਾਂ ਨੂੰ ਲੋਕ ਜਿਨ੍ਹਾਂ ਕੈਮਰੇ ਦਾ ਲੋਕਾਂ ਨੂੰ ਮਤਲਬ ਪ੍ਰੋਪਰ ਨਾਮ ਤੱਕ ਨਹੀਂ ਪਤਾ ਸੀ ਠੀਕ ਹੈ ਅਤੇ ਉਹਨਾਂ ਦਾ ਕੀ ਰੇਟ ਹੈ ਕੀ ਉਹਨਾਂ ਦਾ ਰੈਂਟ ਹੈ ਉਸ ਤੋਂ ਬਾਅਦ ਕੀ ਉਹਨਾਂ ਦਾ ਐਡੀਟਿੰਗ ਰੇਟ ਹੈ ਓਕੇ ਅਤੇ ਉਹਨਾਂ ਦੇ ਚਾਰਜਿਸ ਵਗੈਰਾ ਬਾਰੇ ਸਸਪੈਂਸ ਸੀ ਇੱਕ ਤਰ੍ਹਾਂ ਦਾ ਸੋ ਮੈਨੂੰ ਵੀ ਸੀ ਸੋ ਉਹਨਾਂ ਦਾ ਮਤਲਬ ਕੀ ਉਹਨਾਂ ਨੇ ਰੈਂਟ ਲਿਆ ਠੀਕ ਹੈ ਅਤੇ ਉਸ ਤੋਂ ਬਾਅਦ ਕੀ ਐਡੀਟਿੰਗ ਚਾਰਜਿਸ ਲਏ ਉਹ ਸਭ ਮੈਨੂੰ ਬਾਅਦ ਵਿੱਚ ਮਤਲਬ ਪਤਾ ਲੱਗਿਆ ਕਿ ਇਹਨਾਂ ਨੇ ਕਿੰਨੀ ਵੱਡੀ ਠੱਗੀ ਲਾਈ ਹੈ ਯਾਨੀ ਕਿ ਮੋਟੀ ਲੁੱਟ ਕੀਤੀ ਉਦੋਂ ਹਨਾ ਜਦੋਂ ਪਤਾ ਨਹੀਂ ਸੀ ਆਰਟਿਸਟਾਂ ਨੂੰ ਕੀ ਕਿਵੇਂ ਤੇ ਔਰ ਖਾਸ ਕਰਕੇ ਨਵਾਂ ਆਰਟਿਸਟ ਨਾ ਨਵਾਂ ਆਰਟਿਸਟ ਹੁਣ ਜੇ ਮੰਨ ਲਓ ਜੋ ਸਿੰਗਰ ਜੇ ਤੁਸੀਂ ਤਾਂ ਤੁਹਾਨੂੰ ਆਪਣੀ ਗਾਇਕੀ ਬਾਰੇ ਗਾਇਕੀ 'ਚ ਪਰਪੱਕ ਜੀ ਹਨਾ ਬਾਕੀ ਜਿਹੜੀ ਹੁਣ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਹਨਾ ਉਹ ਤਾਂ ਨਹੀਂ ਪਤਾ ਸਿੰਗਰ ਵੀ ਕੀ ਹੋ ਰਿਹਾ ਜਾਂ ਕੀ ਹੋ ਸਕਦਾ ਉਹਦੇ ਨਾਲ ਅੱਛਾ ਫਿਰ ਵੀਡੀਓ ਡਾਇਰੈਕਟਰ ਨੇ ਵੀ ਮਤਲਬ ਤੁਹਾਡਾ ਕਾਫੀ ਠੱਗੀ ਕੀਤੀ ਜਾਂ ਤੁਹਾਨੂੰ ਖਾ ਰਿਹਾ ਹਾਂ ਜੀ ਓਕੇ ਤੇ ਉਸ ਤੋਂ ਬਾਅਦ ਫਿਰ ਐਲਬਮ ਰਿਲੀਜ਼ ਹੋਈ ਉਹ ਰਿਲੀਜ਼ ਵੀ ਕੋਈ ਆਪਣਾ ਹੀ ਨਾਉਨ ਪਰਸਨ ਕਿਸੇ ਕੰਪਨੀ ਕੋਲ ਲੈ ਗਿਆ ਓਕੇ ਅਤੇ ਪਹਿਲਾਂ ਸਾਡੀ ਪਲੈਨਿੰਗ ਸੀ ਗੋਇਲ ਮਿਊਜ਼ਿਕ ਤੋਂ ਰਿਕਾਰਡ ਕਰਵਾਉਣ ਦੀ ਓਕੇ ਸਾਡੀ ਫਾਈਨਲ ਵੀ ਹੋ ਗਈ ਸੀ ਡੀਲ ਸਾਰਾ ਕੁਛ ਕਿ ਕੀ ਦੇਣਾ ਕੀ ਲੈਣਾ ਹੈ ਨਾ ਮਤਲਬ ਕਿਸ ਤਰ੍ਹਾਂ ਦਾ ਜੋ ਹੈ ਸੀ ਐਗਰੀਮੈਂਟ ਤਕਰੀਬਨ ਪ੍ਰੋਪਰ ਇੱਕ ਤਰ੍ਹਾਂ ਫਾਈਨਲ ਹੋ ਗਿਆ ਸੀ ਅਤੇ ਪੇਮੈਂਟ ਕਰਨੀ ਰਹਿ ਗਈ ਸੀ ਉਹਨਾਂ ਨੂੰ ਪਰ ਉਹਦੇ ਵਿੱਚ ਹੀ ਕੋਈ ਨਾਨ ਪਰਸਨ ਆ ਗਿਆ ਉਹ ਕਹਿੰਦਾ ਕਿ ਡੈਡੀ ਮੋਹਨ ਰਿਕਾਰਡ ਜੋ ਜਲੰਧਰ ਤੋਂ ਦਿਲਜੀਤ ਹੋਰਾਂ ਦੀਆਂ ਬਹੁਤ ਸਾਰੀਆਂ ਮੂਵੀਜ਼ ਆਈਆਂ ਨੇ ਉਹਨਾਂ ਦੀਆਂ ਦਿਲਜੀਤ ਗਿੱਪੀ ਗਰੇਵਾਲ ਜਿੰਮੀ ਸ਼ੇਰਗਿੱਲ ਜੀ ਜੀ ਮਤਲਬ ਕਾਫੀ ਵੱਡਾ ਬੈਨਰ ਹੈ ਅਤੇ ਉਹਨਾਂ ਕੋਲ ਮੈਨੂੰ ਲੈ ਕੇ ਕਹਿੰਦੇ ਵੀ ਇੱਕ ਵਧੀਆ ਢੰਗ ਨਾਲ ਆਪਾਂ ਰਿਲੀਜ਼ ਕਰਾਂਗੇ ਵੀ ਜੇ ਵਧੀਆ ਕੰਮ ਹੋਇਆ ਹੋਇਆ ਸਾਰਾ ਕੁਛ ਓਕੇ ਅਤੇ ਮੈਂ ਕਿਹਾ ਠੀਕ ਹੈ ਜੀ ਅਤੇ ਉਹਨਾਂ ਨੇ ਕੀ ਕੀਤਾ ਐਗਰੀਮੈਂਟ 'ਚ ਬਹੁਤ ਕੁਛ ਲਿਖਤਾ ਗਿਆ ਸੀ ਐਡ ਵੀ ਕਰਾਂਗੇ ਸੀਡੀਜ਼ ਵੀ ਤਿਆਰ ਕਰਾਂਗੇ ਪੋਸਟਰ ਵੀ ਰੈਡੀ ਕਰਾਂਗੇ ਪਰ ਉਹਦੇ ਵਿੱਚ ਕੀ ਸੀ ਕਿ ਇੱਕ ਲਾਈਨ ਹੀ ਲਿਖੀ ਉਹ ਸੀ ਟਾਈਮ ਆਫ ਪੀਰੀਅਡ ਕਿ ਅਸੀਂ ਇੰਨੇ ਟਾਈਮ ਦੇ ਵਿੱਚ ਆਹ ਤੁਹਾਡਾ ਕੰਮ ਕਰ ਦਾਂਗੇ ਅਤੇ ਉਸ ਇੱਕ ਲਾਈਨ ਨਾ ਲਿਖਣ ਕਰਕੇ ਸਾਨੂੰ ਮਤਲਬ ਕਿੰਨਾ ਉਸਦਾ ਲੋਸ ਹੋਇਆ ਆਰਟਿਸਟ ਲਈ ਤਾਂ ਖਾਸ ਕਰਕੇ ਸਿੰਗਰ ਲਈ ਤਾਂ ਸਭ ਤੋਂ ਇੰਪੋਰਟੈਂਟ ਲਾਈਨ ਹੀ ਹੋਈ ਕਿਉਂਕਿ ਉਸ ਵਕਤ ਜਿਹੜਾ ਟਾਈਮ ਮਤਲਬ ਟਾਈਮ ਹੀ ਇੰਪੋਰਟੈਂਟ ਹੁੰਦਾ ਸਭ ਤੋਂ ਇੰਪੋਰਟੈਂਟ ਤੇ ਉਹ ਕਿ ਸਿੰਗਰ ਦੇ ਵਿੱਚ ਅੱਜ ਜੋ ਅਸੀਂ ਤਿਆਰ ਕੀਤਾ ਉਸ ਦਾ ਕੱਲ ਨੂੰ ਪੁਰਾਣਾ ਹੋ ਜਾਂਦਾ ਜਦੋਂ ਪਿਆਰੇ ਦਾ ਬਿਲਕੁਲ ਹਾਂਜੀ ਹਾਂਜੀ ਅੱਛਾ ਅੱਗੇ ਦੱਸੋ ਜੀ ਗੱਲ ਕਰ ਰਹੇ ਸੀ ਤੇ ਫਿਰ ਉਹ ਮਤਲਬ ਉਹਨਾਂ ਨੇ ਸਾਨੂੰ ਤਕਰੀਬਨ ਸਾਲ ਸਵਾ ਸਾਲ ਲਟਕਾਇਆ ਓਹੋ ਮੇਰੀ ਪਹਿਲਾਂ ਉਹਨਾਂ ਨੇ ਵੀਡੀਓ YouTube ਤੇ ਪਾਤੀ ਤਕਰੀਬਨ ਉਹਦੇ 1,00,000 ਵੀਵਰਸ ਹੋ ਗਏ ਸੀ ਠੀਕ ਹੈ ਬਾਅਦ ਵਿੱਚ ਉਹ ਵੀ ਡਿਲੀਟ ਕਰਤੀ ਠੀਕ ਹੈ ਅਤੇ ਹੁਣ ਉਹਦਾ ਲੋਸ ਮੈਨੂੰ ਕੀ ਹੋਇਆ ਵੀਡੀਓ ਡਿਲੀਟ ਕਰਨਾ YouTube ਤੋਂ ਜਦੋਂ ਮੈਂ ਆਪਣੇ ਚੈਨਲ ਤੋਂ ਪਾਈ ਤਾਂ ਫਿਰ ਉਹ ਕੌਣ ਦੇਖਦਾ ਕਹਿੰਦਾ ਦੇਖੀ ਹੋਈ ਹੈ ਪਹਿਲਾਂ ਹੈ ਨਾ ਉਹਨੂੰ ਕੋਈ ਸ਼ੇਅਰ ਕਰਦਾ ਠੀਕ ਹੈ ਨਾ ਅਤੇ ਇੱਦਾਂ ਦੇ ਬਹੁਤ ਸਾਰੇ ਲੋਸ ਫਿਰ ਹੌਲੀ ਹੌਲੀ ਮਤਲਬ ਬੜਾ ਮੁਸ਼ਕਿਲ ਨਾਲ ਉਹਨਾਂ ਤੋਂ ਆਪਣਾ ਪ੍ਰੋਜੈਕਟ ਵਾਪਸ ਲਿਆ ਕਿ ਚਲੋ ਤੁਸੀਂ ਨਹੀਂ ਰਿਲੀਜ਼ ਕਰਨਾ ਸਾਨੂੰ ਵਾਪਸ ਕਰ ਦਿਉ ਪਰ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਕਿ 1 ਸਾਲ 1.5 ਸਾਲ ਕਿਸੇ ਪ੍ਰੋਜੈਕਟ ਨੂੰ ਲੰਘ ਜੇ ਤਿਆਰ ਹੋਏ ਨੂੰ ਹੈ ਨਾ ਅੱਜ ਕੀ ਟਰੈਂਡ ਚੱਲ ਰਿਹਾ ਕੱਲ੍ਹ ਨੂੰ ਕੀ ਟਰੈਂਡ ਆਊਗਾ ਪਰਸੋਂ ਨੂੰ ਕੀ ਟਰੈਂਡ ਆਉਣਾ ਮਿਊਜ਼ਿਕ ਇੰਡਸਟਰੀ ਇੱਕ ਇੱਦਾਂ ਦੀ ਚੀਜ਼ ਹੈ ਕਿ ਹੋਇਆ ਪ੍ਰੋਫੈਸ਼ਨ ਹੈ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵਾਂ ਟਰੈਂਡ ਆ ਰਿਹਾ ਹੈ ਨਾ ਅਤੇ ਆਪਾਂ ਮਤਲਬ 1.5 ਸਾਲ ਪੁਰਾਣਾ ਆਪਣਾ ਕੰਟੈਂਟ ਜੋ ਆਪਾਂ ਰੈਡੀ ਕੀਤਾ ਹੋਇਆ ਹੈ ਨਾ ਤਿਆਰ ਕੀਤਾ ਹੋਇਆ ਉਹਨੂੰ ਮਤਲਬ 1.5 ਸਾਲ ਬਾਅਦ ਰਿਲੀਜ਼ ਕਰਕੇ ਉਹ ਤੋਂ ਉਹ ਚੀਜ਼ ਨਹੀਂ ਮਤਲਬ ਜਿਵੇਂ ਆਪਾਂ ਇੱਕ ਆਪਣੀ ਐਕਸਪੈਕਟੇਸ਼ਨ ਹੁੰਦੀ ਹੈ ਨਾ ਤਾਂ ਇੱਦਾਂ ਕਰਕੇ ਮਤਲਬ ਬਹੁਤ ਜ਼ਿਆਦਾ ਮਿਸਗਾਈਡ ਹੁੰਦੇ ਰਹੇ ਇਸ ਫੀਲਡ ਵਿੱਚ ਤੁਹਾਡੀਆਂ ਗੱਲਾਂ ਸੁਣ ਕੇ ਇੱਕ ਵਾਰੀ ਤਾਂ ਮੇਰਾ ਦਿਲ ਬੁਰੀ ਤਰ੍ਹਾਂ ਉਦਾਸ ਹੀ ਹੋ ਗਿਆ ਹੈ ਨਾ ਉਦਾਸੀ ਛਾ ਗਈ ਹੈ ਪਤਾ ਕੀ ਹੈ ਦੇਖੋ ਬੰਦਾ ਇੱਕ ਵਾਰ ਧੋਖਾ ਹੋ ਜਾਵੇ ਨਾ ਬੰਦਾ ਫਿਰ ਖੜਾ ਹੋ ਜਾਂਦਾ ਮਿਊਜ਼ਿਕ ਡਾਇਰੈਕਟਰ ਧੋਖਾ ਕਰ ਰਿਹਾ ਵੀਡੀਓ ਡਾਇਰੈਕਟਰ ਧੋਖਾ ਕਰ ਰਿਹਾ ਕੰਪਨੀ ਨਹੀਂ ਹੈ ਨਾ ਕੁਛ ਪੱਲੇ ਪਾ ਰਹੀ ਤਾਂ ਬੰਦਾ ਆਖਰ ਕਿੱਥੋਂ ਤੱਕ ਸਹੂਗਾ ਹੈ ਨਾ ਕਿਤੇ ਨਾ ਕਿਤੇ ਉਹਦਾ ਬੰਦੇ ਦਾ ਮਨੋਬਲ ਜਾਂ ਸਾਰਾ ਕੁਛ ਉਹਦਾ ਕੌਨਫੀਡੈਂਸ ਚੂਰ ਚੂਰ ਹੋ ਜਾਂਦਾ ਮੈਨੂੰ ਲੱਗਦਾ ਕਿ ਮੈਂ ਜਿਵੇਂ ਮੇਰੀ ਮਿਹਨਤ ਵੀ ਖੋਈ ਜਾ ਚੁੱਕੀ ਹੈ ਠੀਕ ਹੈ ਪੈਸਾ ਵੀ ਬਹੁਤ ਨੁਕਸਾਨ ਹੋਇਆ ਪਰ ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਮੇਰਾ ਮਨੋਬਲ ਨਹੀਂ ਗਿਰਿਆ ਮੈਂ ਹਮੇਸ਼ਾ ਉੱਦਾਂ ਹੀ ਅੱਜ ਵੀ ਸਟਰੋਂਗ ਹਾਂ ਕਿ ਹਾਂ ਕੁਛ ਨਾ ਕੁਛ ਕਰਾਂਗੇ
ਪਰ ਉਹੀ ਗੱਲ ਹੈ ਪਰ ਟਾਈਮ ਦਾ ਕਿੱਡਾ ਵੱਡਾ ਲਾਸ ਹੋ ਗਿਆ। ਜਿਸ ਤਰ੍ਹਾਂ 10 ਸਾਲ ਪਹਿਲਾਂ ਤੁਸੀਂ ਕੰਮ ਕੀਤਾ ਹੋ ਸਕਦਾ ਅੱਜ ਤੁਸੀਂ ਕਿਹੜੀ ਪੋਜੀਸ਼ਨ ਤੇ ਹੁੰਦੇ ਹਨਾ, ਪਰ ਟਾਈਮ ਦਾ ਜਿਹੜਾ ਲਾਸ ਆ ਕਿੰਨਾ ਵੱਡਾ ਹਨਾ। ਚਲੋ ਖੈਰ ਹਿੰਮਤ ਨਹੀਂ ਹਾਰਨੀ ਚਾਹੀਦੀ, ਆਪਾਂ ਇਸ ਉਦਾਸੀ ਦੇ ਮਾਹੌਲ ਨੂੰ ਥੋੜ੍ਹਾ ਬਦਲੀਏ ਹਨਾ। ਅਤੇ ਹੈ ਤਾਂ ਗੱਲ ਧੁਨੀਆਂ ਗੱਲਾਂ ਸੱਚੀ ਮੁੱਚੀ ਬਹੁਤ ਗੰਭੀਰ ਕਰਨ ਵਾਲੀਆਂ ਨੇ, ਅਤੇ ਆਪਾਂ ਚਲੋ ਕੋਈ ਹੋਰ ਰੰਗ ਸਾਨੂੰ ਤੁਸੀਂ ਸੁਣਾਓ ਹਨਾ, ਜੇ ਗਿਟਾਰ ਨਾਲ ਸੁਣਾਉਣਾ ਤਾਂ ਵੀ ਜੇ ਤੁਸੀਂ ਉੱਦਾਂ ਹੀ ਸੁਣਾਉਣਾ ਚਾਹੋ। ਥੋੜ੍ਹਾ ਇੰਗਲ ਬਣਾ ਦਿੰਦੇ ਹਾਂ। ਹਾਂ ਹਾਂ ਬਿਲਕੁਲ ਬਿਲਕੁਲ, ਥੋੜ੍ਹਾ ਟਾਈਮ ਸੇਵ ਹੋ ਜਾਊਗਾ। ਓਕੇ ਓਕੇ ਜੀ, ਰੋਮਾਂਟਿਕ। ਹਾਂ ਹਾਂ ਓਕੇ ਬਿਲਕੁਲ ਬਿਲਕੁਲ ਜੀ। ਤੂੰ ਵਾਦਾ ਕਰਕੇ ਮੁਕਰੀ ਨਾ, ਮੈਂ ਲੱਗੀਆਂ ਤੋੜ ਨਿਭਾਉਂਗਾ। ਤੂੰ ਵਾਦਾ ਕਰਕੇ ਮੁਕਰੀ ਨਾ, ਮੈਂ ਲੱਗੀਆਂ ਤੋੜ ਨਿਭਾਉਂਗਾ। ਤਲੀਆਂ ਰੁਸ਼ਨਾ ਕੇ ਰੱਖੀ ਤੂੰ, ਛੇਤੀ ਹੀ ਵਿਆਹ ਲੈ ਜਾਊਂਗਾ। ਦਿਲ ਚੀਜ਼ ਬੜੀ ਛੋਟੀ ਏ, ਦਊਂ ਜਾਨ ਤੇਰੇ ਨਾ ਕਰਨੀ, ਤੈਨੂੰ ਛੱਡ ਕੇ ਜਾਣ ਤੋਂ ਪਹਿਲਾਂ ਰੱਬ ਕਰੇ ਮੈਂ ਜਾਵਾਂ ਮਰਨੀ। ਦਿਲ ਚੀਜ਼ ਬੜੀ ਛੋਟੀ ਏ, ਦਊਂ ਜਾਨ ਤੇਰੇ ਨਾ ਕਰਨੀ, ਤੈਨੂੰ ਛੱਡ ਕੇ ਜਾਣ ਤੋਂ ਪਹਿਲਾਂ ਰੱਬ ਕਰੇ ਮੈਂ ਜਾਵਾਂ ਮਰਨੀ। ਤੈਨੂੰ ਪਾਉਣ ਲਈ ਤਾਂ ਚੱਲੀਏ, ਮੈਂ ਰੱਬ ਨਾਲ ਵੀ ਲੜ ਜਾਊਂਗਾ। ਤਲੀਆਂ ਰੁਸ਼ਨਾ ਕੇ ਰੱਖੀ ਤੂੰ, ਛੇਤੀ ਹੀ ਵਿਆਹ ਲੈ ਜਾਊਂਗਾ। ਵਾਹ ਜੀ ਵਾਹ, ਬਹੁਤ ਖੂਬ, ਬਹੁਤ ਪਿਆਰਾ, ਬੜਾ ਮਨ ਨੂੰ ਟੁੰਬਣ ਵਾਲਾ ਹੈ ਨਾ। ਅਤੇ ਚਲੋ ਆਪਾਂ ਹੁਣ ਗੱਲਬਾਤ ਅੱਗੇ ਵਧਾਉਂਦੇ ਹਾਂ ਥੋੜ੍ਹੀ ਜਿਹੀ ਹੈ ਨਾ। ਮੈਂ ਸੋਚ ਰਿਹਾ ਸੀਗਾ, ਜਿਵੇਂ ਆਪਾਂ ਪਹਿਲਾਂ ਵੀ ਆਫ ਕੈਮਰਾ ਗੱਲ ਕੀਤੀ ਸੀ, ਵੀ ਧੋਖਿਆਂ ਦੀ ਜਿਹੜੀ ਦਾਸਤਾਨ ਇੱਥੇ ਨਹੀਂ ਮੁੱਕਦੀ। ਇੱਕ ਹੋਰ ਤੁਹਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ ਨਾ, ਤੁਹਾਡੇ ਉਹ ਕੈਰੀਅਰ ਦੇ ਨਾਲ ਵੀ, ਤੁਹਾਡਾ ਇੱਕ ਗਾਣਾ ਜਿਹੜਾ ਸੀਗਾ ਉਹ ਵੀ ਲੀਕ ਹੋ ਗਿਆ, ਜਾਂ ਕਹਿ ਲਓ ਚੋਰੀ ਹੋ ਗਿਆ, ਜਿਹੜਾ ਕਿ ਅਰਸ਼ ਬੈਨੀਪਾਲ ਹੈ ਨਾ ਉਹ ਸਿੰਘ ਸੀ ਨਾਮ, ਉਹਨਾਂ ਨੇ ਗਾ ਲਿਆ। ਉਹ ਘਟਨਾ ਕਿਵੇਂ ਘਟੀ? ਉਹ ਘਟਨਾ ਦੇਖੋ, ਹੁਣ ਜਿਹੜੇ ਮਿਊਜ਼ਿਕ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਤੇਰਾ ਆਹ ਗਾਣਾ ਬਹੁਤ ਜ਼ਿਆਦਾ ਫੇਮ ਨਹੀਂ ਹੋ ਸਕਦਾ ਹੈ ਨਾ, ਯਾਨੀ ਕਿ ਆਰ ਗੁਰੂ ਨੇ। ਹਾਂ, ਆਰ ਗੁਰੂ ਨੇ। ਓਕੇ, ਅਤੇ ਉਹੀ ਗਾਣਾ ਤਕਰੀਬਨ 2 ਸਾਲ ਬਾਅਦ ਤੁਸੀਂ ਅੱਜ ਵੀ ਸੁਣ ਸਕਦੇ ਹੋ। 2014 ਵਿੱਚ ਤਕਰੀਬਨ ਮੈਂ savan.com 'ਤੇ ਨਾਰਾਜ਼ਗੀ ਸੌਂਗ ਪਾਇਆ ਸੀ। ਓਕੇ, ਠੀਕ ਹੈ। ਉਹੀ ਗਾਣਾ 2 ਸਾਲ ਬਾਅਦ ਇੱਕ ਆਰਟਿਸਟ, ਠੀਕ ਹੈ, ਗਾ ਕੇ ਫੇਮ ਹਾਸਿਲ ਕਰਦਾ। ਅਤੇ ਹੁਣ ਇਹ ਮਤਲਬ ਜਿਵੇਂ ਮੈਂ ਮਿਸਗਾਈਡ ਕਿਹਾ ਸੀ ਨਾ ਕਿ ਮਿਸਗਾਈਡ ਜਾਂ ਫਰੋਡ, ਜਾਂ ਤੁਸੀਂ ਇਹ ਕਹਿ ਸਕਦੇ ਵੀ ਚੰਗਾ ਗਾਣਾ ਉਹ ਰੱਖ ਲੈਂਦੇ ਨੇ ਆਪਣੇ ਚਹੇਤਿਆਂ ਵਾਸਤੇ, ਵੀ ਚੱਲ ਅਸੀਂ ਇਹਨੂੰ ਦੇਵਾਂਗੇ ਹੈ ਨਾ, ਵੀ ਅਗਲੇ ਬੰਦੇ ਦਾ ਮਾਈਂਡ ਵਾਸ਼ ਕਰਕੇ ਵੀ ਨਹੀਂ ਇਹ ਤੇਰੇ ਲਈ ਨਹੀਂ ਸਹੀ। ਕਮਾਲ, ਮਤਲਬ ਮੈਂ ਸੋਚਦਾ ਕਿ ਕਾਸ਼ ਮੈਂ ਅੱਛਾ ਕੰਪੋਜੀਸ਼ਨ ਥੋੜ੍ਹਾ ਚੇਂਜ ਕਰਿਆ। ਹਾਂਜੀ, ਕੰਪੋਜੀਸ਼ਨ ਵੀ ਉਹੀ ਰੱਖੀ ਹੁੰਦਾ ਕਿ ਚੇਂਜ ਕਰਿਆ ਥੋੜ੍ਹਾ ਜਿਹਾ? ਕੰਪੋਜ਼ ਹਲਕੀ ਫੁਲਕੀ ਸੀ, ਮਤਲਬ ਬਹੁਤ ਹਲਕੀ ਫੁਲਕੀ। ਅੱਛਾ, ਤਕਰੀਬਨ ਸੇਮ ਹੀ ਸੀ ਕੰਪੋਜ਼, ਬਹੁਤ ਜ਼ਿਆਦਾ ਚੇਂਜ ਨਹੀਂ ਕਹਿ ਸਕਦਾ। ਪਹਿਲਾਂ ਵੀ ਕੰਪੋਜੀਸ਼ਨ ਤੁਹਾਡੀ ਹੀ ਕਿ ਉਹਨਾਂ ਦੀ ਸੀ? ਆਰ ਗੁਰੂ ਦੀ ਸੀ। ਕੰਪੋਜ਼ ਮੇਰੀ ਸੀ ਉਹ। ਅੱਛਾ, ਉਹ ਵੀ ਤੁਹਾਡੀ ਮਤਲਬ ਕੰਪੋਜ਼ ਉਹ ਮੇਰੀ ਸੀ। ਹਾਂਜੀ ਹਾਂਜੀ, ਤਰੋੜ ਮਰੋੜ ਕੇ ਹਲਕਾ ਜਿਹਾ, ਅਤੇ ਉਹ ਮਤਲਬ ਥੋੜ੍ਹੀ ਜਿਹੀ ਉਹਨਾਂ ਨੂੰ ਜਿਵੇਂ ਇੱਕ ਤਾਂ ਸਲੋਅ ਕਰਤੀ, ਇੱਕ ਕਿਤੇ ਕਿਤੇ ਜਿਵੇਂ ਹਲਕਾ ਜਿਹਾ ਫਰੇਜ਼ ਕਿਤੇ ਹਲਾਤਿਆ ਬਸ, ਇੱਦਾਂ ਇਸ ਤੋਂ ਜ਼ਿਆਦਾ। ਅੱਛਾ, ਫਿਰ ਤੁਸੀਂ ਕੋਈ ਉਹਦਾ ਕੋਈ ਐਕਸ਼ਨ ਕਹਿ ਲਓ ਹੈ ਨਾ, ਕੋਈ ਕੋਈ ਅੱਗੋਂ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਾ ਵੀ ਗਾਣਾ ਉਹ ਆ ਗਿਆ ਹੈ ਨਾ, ਕੀ ਪਹਿਲੀ ਗੱਲ ਤਾਂ ਕੀ ਮਹਿਸੂਸ ਕੀ ਹੋਇਆ, ਤੁਹਾਡੇ ਮਨ ਨੂੰ ਕਿੱਦਾਂ ਠੇਸ ਵੱਜੀ? ਨਹੀਂ, ਮਹਿਸੂਸ ਪਤਾ ਕੀ ਹੁੰਦਾ, ਆਪਾਂ ਇੱਕ ਚੀਜ਼ 2 ਸਾਲ ਪਹਿਲਾਂ ਕੋਈ ਤਿਆਰ ਕੀਤੀ ਹੋਵੇ ਹੈ ਨਾ, ਅਤੇ ਆਪਾਂ ਨੂੰ ਇਹ ਕਹਿ ਕੇ ਕਿ ਨਹੀਂ ਇਹਦੇ ਵਿੱਚ ਓਡੀ ਗੱਲਬਾਤ ਨਹੀਂ ਹੈਗੀ ਹੈ ਨਾ, ਇਹਦੇ ਲੀਰਿਕਸ ਓਨੇ ਵਧੀਆ ਨਹੀਂ ਹੈਗੇ, ਇਹ ਮਤਲਬ ਹਿੱਟ ਕਿੱਥੇ ਕਰੂਗੀ, ਕਿਹੜੀ ਜਨਰੇਸ਼ਨ ਨੂੰ ਕਿਹਾ ਉਹ ਹਿੱਟ ਕਰੂਗੀ, ਹੈ ਨਾ, ਮਤਲਬ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਪਣਾ ਨੂੰ ਬਣਾ ਕੇ ਆਪਣਾ ਇੱਕ ਮਨ ਚੇਂਜ ਕਰ ਦਿੱਤਾ ਜਾਵੇ, ਹੈ ਨਾ, ਕਿ ਆਪਣੀ ਸੋਚ ਬਦਲ ਦੇ ਦਿੱਤੀ ਜਾਵੇ ਕਿ ਹਾਂ ਇਹ ਨਹੀਂ ਚੱਲ ਸਕਦਾ, ਇਹ ਗਾਣਾ ਇੰਨਾ ਵਧੀਆ ਨਹੀਂ ਹੈਗਾ। ਪਰ ਉਹੀ 2 ਸਾਲ ਬਾਅਦ ਇੱਕ ਇੱਦਾਂ ਦਾ ਆਰਟਿਸਟ ਜਿਹੜਾ ਪਹਿਲਾਂ ਹੀ ਮਤਲਬ ਥੋੜ੍ਹਾ ਕੁ ਫੇਮ ਮਿਲ ਚੁੱਕਿਆ, ਠੀਕ ਹੈ, ਉਹਨੂੰ ਵੀ ਲੱਗਦਾ ਕਿ ਇਸ ਗਾਣੇ 'ਚ ਕੁਛ ਹੈਗਾ, ਤਾਂ ਇੱਕ ਜਿਹੜਾ ਨਿਊ ਕਮਰ ਸੀ, ਠੀਕ ਹੈ, ਮੇਰੇ ਵਰਗਾ ਜਿਹਨੇ ਸਭ ਤੋਂ ਪਹਿਲਾਂ ਮਤਲਬ ਵੀ ਆਪਣਾ ਇੱਕ ਬ੍ਰੇਕ ਲੈਣੀ ਸੀ ਇਹਨਾਂ ਇੰਡਸਟਰੀ 'ਚ, ਤਾਂ ਮਤਲਬ ਉਹ ਫਿਰ ਥੋੜ੍ਹਾ ਮਹਿਸੂਸ ਤਾਂ ਹੁੰਦਾ ਹੀ ਆ ਕਿ ਕਾਸ਼ ਮੈਂ 2 ਸਾਲ ਪਹਿਲਾਂ ਇਸ ਨੂੰ ਸਿੰਗਲ ਟਰੈਕ ਨੂੰ ਮੇਰੇ ਕਿੰਨੇ ਪੈਸੇ ਬਚ ਜਾਣੇ ਸੀ, ਐਲਬਮ ਦਾ ਖਰਚਾ ਬਚ ਜਾਣਾ ਸੀ, ਵੀਡੀਓ ਦਾ ਖਰਚਾ ਬਚ ਜਾਣਾ ਸੀ। ਕੀ ਲੱਗਦਾ ਵੀ ਕੀ ਕਰਨ ਕੀ ਕਾਰਨ ਇਹਦੇ ਪਿੱਛੇ ਰਹਿੰਦਾ,
भी सिंग जिहड़ा एक सिंगर आ सिंगिंग करे जां सिखे पर नाल नाल उहनू इधर भी इन चीज़ों बारे भी अवेयर होना चाहिए जां पता होना चाहिए की लगा तुहानू भी कित्थे कमी रहि गई तुहाडे बिल्कुल अवेयर होना चाहिए मैं सोचदा कि अवेयर होना चाहिए पर पता की होंदा जदों मतलब तुसीं किसे दौर चों लंघ रहे हुंदे हो ना ਤੁਸੀਂ ਮੇਰੇ ਨਾਲ ਬੈਠੇ ਹੋ ਮੇਰੀ ਇੰਟਰਵਿਊ ਕਰ ਰਹੇ ਹੋ ਹੈ ਨਾ ਮੈਨੂੰ ਤੁਸੀਂ ਚੰਗੇ ਹੀ ਲੱਗੋਗੇ ਬਿਲਕੁਲ ਤੁਹਾਡਾ ਇਹਦੇ ਪਿੱਛੇ ਕੀ ਸਵਾਰਥ ਹੈ ਇਹ ਮੈਂ ਜੱਜ ਨਹੀਂ ਨਾ ਕਰ ਸਕਦਾ ਹੈ ਨਾ ਐਟ ਅ ਟਾਈਮ ਤੇ ਬਿਲਕੁਲ ਨਹੀਂ ਕਰ ਸਕਦਾ ਤੁਸੀਂ ਮੈਨੂੰ ਨਹੀਂ ਜੱਜ ਕਰ ਸਕਦੇ ਹੈ ਨਾ ਮੈਂ ਤੁਹਾਡੇ ਨੂੰ ਇੰਟਰਵਿਊ ਦੇਣੀ ਹੈ ਤੁਹਾਨੂੰ ਮੈਂ ਤੁਹਾਡੇ ਨਾਲ ਬੜਾ ਮਿੱਠਾ ਹੋ ਕੇ ਬੜਾ ਮਤਲਬ ਵਧੀਆ ਢੰਗ ਨਾਲ ਗੱਲ ਕਰਾਂਗਾ ਹੈ ਨਾ ਮੇਰੇ ਦਿਲ 'ਚ ਕੀ ਹੈ ਤੁਹਾਡੇ ਪ੍ਰਤੀ ਤੁਸੀਂ ਇਸ ਚੀਜ਼ ਨੂੰ ਨਹੀਂ ਜੱਜ ਕਰ ਸਕਦੇ ਉਹ ਜਿਵੇਂ ਕਹਿ ਲਓ ਨਾ ਕਿ ਰਾਹ ਪੈਣ ਤੇ ਵਾਹ ਪੈਣ ਤੇ ਹੀ ਕੁਝ ਗੱਲਾਂ ਪਤਾ ਲੱਗਦੀਆਂ ਬਿਲਕੁਲ ਤਾਂ ਉਹ ਚੀਜ਼ ਤੁਸੀਂ ਕਹਿ ਸਕਦੇ ਹੋ ਉਹ ਚੀਜ਼ਾਂ ਦਾ ਬਾਅਦ 'ਚ ਮਹਿਸੂਸ ਹੋਇਆ ਕਿ ਹਾਂ ਇਹ ਬੰਦੇ ਇੱਦਾਂ ਵੀ ਅੱਛਾ ਜਿਵੇਂ ਤੁਸੀਂ ਕਿਹਾ ਵੀ ਸਾਰਾ ਕੁਛ ਚਾਹੇ ਮੇਰਾ ਗਵਾਚ ਗਿਆ ਕਾਫੀ ਕੁਛ ਹਨਾ ਬੜੇ ਧੋਖੇ ਹੋ ਗਏ ਪਰ ਮੈਂ ਇੱਕ ਚੀਜ਼ ਨਹੀਂ ਜਿਹੜੀ ਆਪਣੀ ਜਾਣ ਦਿੱਤੀ ਅੰਦਰੋਂ ਆਪਣਾ ਮਨੋਬਲ ਹਨਾ ਉਹਨੂੰ ਕਾਇਮ ਰੱਖਿਆ ਡਿੱਗਣ ਨਹੀਂ ਦਿੱਤਾ ਅਤੇ ਫਿਰ ਉਸ ਤੋਂ ਬਾਅਦ ਜਦੋਂ ਸਾਰਾ ਕੁਛ ਹੋ ਜਾਂਦਾ ਹਨਾ ਫਿਰ ਤੁਸੀਂ ਕਿੱਦਾਂ ਉੱਠੇ ਜਾਂ ਫਿਰ ਆਪਣਾ ਕੀ ਪ੍ਰੋਜੈਕਟ ਤੁਸੀਂ ਕਰੇ ਜਾਂ ਕਰਨ ਦੀ ਸੋਚੀ ਜਾਂ ਫਿਰ ਕਿਵੇਂ ਅੱਗੇ ਲਾਈਫ ਚੱਲੀ 2014-16 ਤੋਂ ਬਾਅਦ ਜਦੋਂ ਇਹ ਸਾਰਾ ਕੁਛ ਹੋ ਜਾਂਦਾ ਉਸ ਤੋਂ ਬਾਅਦ ਅੱਗੇ ਤੁਹਾਡਾ ਸਫ਼ਰ ਕਿਵੇਂ ਦਾ ਚੱਲ ਰਿਹਾ ਹੁਣ ਤੱਕ ਸਫ਼ਰ ਪਤਾ ਕੀ ਹੈ ਮੈਂ ਮਤਲਬ ਇੱਕ ਸੁਜੈਸ਼ਨ ਵੀ ਕਹਿ ਸਕਦਾ ਜੀ ਹੈ ਨਾ ਕਿ ਬੰਦਾ ਗਿਰ ਗਿਆ ਨਾ ਤਾਂ ਗਿਰਿਆ ਹੀ ਨਾ ਰਹੇ ਉੱਠ ਕੇ ਚੱਲਦਾ ਰਹੇ ਰਸਤਾ ਕਹਿੰਦੇ ਨਾ ਕਿ ਆਪਣੇ ਆਪ ਹੀ ਬਣਨ ਲੱਗ ਜਾਂਦੇ ਆ ਤਾਂ ਮਤਲਬ ਮੇਰੀ ਵੀ ਕਿਹਾ ਹੋਇਆ ਕਿ ਬੇਸ਼ੱਕ ਠੀਕ ਹੈ ਚੱਲਦੇ ਰਹੋ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਮੰਜ਼ਿਲ ਜ਼ਰੂਰ ਹਾਸਿਲ ਹੋਊਗੀ ਨਸੀਬ ਹੋਊਗੀ ਮੇਰੀ ਇੱਦਾਂ ਦੀ ਸੋਚ ਹੈ ਹੌਸਲਾ ਬੜਾ ਡਿੱਗ ਗਿਆ ਸੀ ਉਸ ਟਾਈਮ ਬਣਦਾ ਮੈਂ ਕਿਉਂਕਿ ਇਨਵੈਸਟਮੈਂਟ ਤਕਰੀਬਨ 800,000 ਰੁਪਏ ਦੇ ਆਸ ਪਾਸ ਇਨਵੈਸਟਮੈਂਟ ਸੀ ਉਹ ਸਾਰਾ ਆਪਣੇ ਕੋਲੋਂ ਸੀ ਜਿਹੜਾ ਦੂਜਾ ਵੀਡੀਓ ਬਣਾਇਆ ਸੀ ਦੋ ਵੀਡੀਓ ਬਣਾਏ ਸੀ ਅਸੀਂ ਓਕੇ ਦੂਜਾ ਵੀਡੀਓ ਤੁਸੀਂ ਰੋਬੀ ਸਿੰਘ ਦਾ ਨਾਂ ਸੁਣਿਆ ਹੋਣਾ ਤਕਰੀਬਨ ਹਰੀ ਸਿੰਘ ਨਾਲ ਵੀ ਕੰਮ ਕੀਤਾ ਉਸ ਵੀਡੀਓ ਡਾਇਰੈਕਟ ਜੀ ਜੀ ਬਿਲਕੁਲ ਸੁਣਿਆ ਅਤੇ ਤਕਰੀਬਨ ਵੀਡੀਓਜ਼ ਦਾ 4.5 ਲੱਖ ਦੇ ਕਰੀਬ ਖਰਚਾ ਆ ਗਿਆ ਸੀ ਦੋ ਵੀਡੀਓਜ਼ ਦਾ ਅਤੇ ਬਾਕੀ ਆਡੀਓ ਕੀ ਹੈ ਨਾ ਅਤੇ ਇੱਦਾਂ ਮਤਲਬ 8 ਲੱਖ ਰੁਪਏ ਤੁਹਾਡਾ ਜਦੋਂ ਲੋਸ ਹੁੰਦਾ ਹੈ ਨਾ ਪਲੱਸ ਤੁਹਾਡੀ ਮਿਹਨਤ ਤੁਹਾਡਾ ਸਬਰ ਤੁਹਾਡਾ ਸੰਘਰਸ਼ ਅੱਛਾ ਨਾਲੇ ਉਹ ਵੀ ਪੈਸੇ ਜਦੋਂ ਤੁਸੀਂ ਆਪਣੇ ਘਰਦਿਆਂ ਤੋਂ ਜਾਂ ਆਪਣਾ ਹੈ ਨਾ ਨਿੱਜੀ ਪੈਸੇ ਤੁਸੀਂ ਲਾਏ ਹਾਂਜੀ ਹਾਂਜੀ ਅੱਛਾ ਘਰਦਿਆਂ ਦਾ ਫਿਰ ਜਦੋਂ ਤੁਸੀਂ ਆਪਣੇ ਨੂੰ ਸੰਭਾਲ ਲਿਆ ਘਰਦਿਆਂ ਦੇ ਦਾ ਕੀ ਰਵੱਈਆ ਸੀ ਜਾਂ ਕੀ ਉਹਨਾਂ ਦਿਨਾਂ ਦੇ ਵਿੱਚ ਜ਼ਾਹਰ ਜੀ ਗੱਲ ਆ ਕਿ ਬੜੇ ਡਿਪਰੈਸ ਹੋਏ ਹੋਵੋਗੇ ਹੈ ਨਾ ਚਾਹੇ ਦੇਖੋ ਬਾਅਦ ਚੋਂ ਕੀ ਸੀ ਮੈਂ ਤੁਹਾਨੂੰ ਜਿਵੇਂ ਸ਼ੁਰੂ ਵਿੱਚ ਹੀ ਦੱਸਿਆ ਕਿ ਫਾਦਰ ਸਾਹਿਬ ਗਵਰਨਮੈਂਟ ਜੋਬ ਕਰਦੇ ਸੀ ਠੀਕ ਹੈ ਕੋਈ ਬਿਜ਼ਨਸ ਮਾਈਂਡ ਤਾਂ ਹੈ ਨਹੀਂ ਸੀ ਕਿ ਹਾਂ ਚਲੋ ਆਪਣੇ ਜਿਵੇਂ ਕਿਸੇ ਕੰਟੈਂਟ ਦਾ ਰੇਟ ਵਧਾ ਕੇ ਆਪਾਂ ਕਵਰ ਕਰ ਲਿਆ ਹੈ ਨਾ ਇੱਕ ਸੈਲਰੀ ਆ ਜਿਹੜੀ ਆ ਰਹੀ ਹੈ ਨਾ ਅਤੇ ਜਿਵੇਂ ਕਹਿ ਲਓ ਵੀ ਕੋਈ ਹਰਾਮ ਦੀ ਕਮਾਈ ਤਾਂ ਹੈ ਨਹੀਂ ਸੀ ਹੱਕ ਹਲਾਲ ਦੀ ਕਮਾਈ ਜਦੋਂ ਚੋਰ ਪੈਂਦੇ ਆ ਫਿਰ ਦਿਲ ਦੁਖਦਾ ਤਾਂ ਹੈਗਾ ਹੀ ਆ ਬਿਲਕੁਲ ਤਾਂ ਉਸ ਚੀਜ਼ 'ਚ ਚਲੋ ਸ਼ੁਕਰ ਹੈ ਕਿ ਅਸੀਂ ਉੱਭਰ ਗਏ ਹੈ ਨਾ ਓਕੇ ਅਤੇ ਹੁਣ ਫਿਰ ਤੁਸੀਂ ਉੱਭਰੇ ਹੈ ਨਾ ਹੁਣ ਅੱਜ ਕੱਲ੍ਹ ਕੁਛ ਨਵਾਂ ਕਰਨ ਦੀ ਸੋਚ ਰਹੇ ਜੀ ਇਹ ਫਿਰ ਤੋਂ ਜਾਂ ਅੱਜ ਕੱਲ੍ਹ ਤਾਂ ਹੁਣ ਬੜਾ ਸਾਧਨ ਬੜੇ ਬਣ ਗਏ ਨੇ ਆਪਣਾ ਹੈ ਨਾ ਤੁਸੀਂ ਚੈਨਲ ਬਣਾ ਸਕਦੇ ਹੋ ਯੂਟਿਊਬ 'ਤੇ ਗਾ ਕੇ ਪਾ ਸਕਦੇ ਹੋਰ ਅੱਜ ਕੱਲ੍ਹ ਕੀ ਸੋਚ ਰਹੇ ਹੁਣ ਵੀ ਅਜੇ ਸਟਰਗਲ ਜਾ ਰਹੀ ਆ ਕੀ ਕਰਨਾ ਅੱਗੇ ਜਾਂ ਤੁਸੀਂ ਕਰ ਲਿਆ ਕੁਛ ਕੋਈ ਨਾ ਕੋਈ ਰਿਕਾਰਡ ਕਰਕੇ ਬੈਠੇ ਜੀ ਰਿਕਾਰਡਿੰਗ ਦਾ ਵੀ ਪਲਾਨ ਚੱਲ ਰਿਹਾ ਜੀ ਅਤੇ ਬਾਕੀ ਲਿਖ ਵੀ ਬਹੁਤ ਕੁਛ ਰਹੇ ਹਾਂ ਅੱਛਾ ਵਾਹ ਜੀ ਤਕਰੀਬਨ ਮੇਰੀ ਕੋਸ਼ਿਸ਼ ਆ ਕਿ ਹਰ ਇੱਕ ਜਿਵੇਂ ਜ਼ੋਨ 'ਚ ਜਾ ਕੇ ਲਿਖਿਆ ਜਾਵੇ ਅੱਛਾ ਖੁਦ ਲਿਖ ਵੀ ਰਹੇ ਜੀ ਹਾਂਜੀ ਕਲੱਬ ਸੌਂਗ ਕੀ ਮਡੀਰ ਟਾਈਪ ਕੀ ਰੋਮਾਂਟਿਕ ਕੀ ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਉਹਨਾਂ ਧੋਖਿਆਂ ਤੋਂ ਬਾਅਦ 'ਚ ਸ਼ਾਇਦ ਲਿਖਣਾ ਸਟਾਰਟ ਕੀਤਾ ਹੋਵੇ ਕਈ ਵਾਰੀ ਬੰਦੇ ਲੱਗਦਾ ਵੀ ਨਹੀਂ ਹੁਣ ਮੈਂ ਆਪਣੇ ਆਪ ਕਰਾਂ ਕੁਛ ਵਧੀਆ ਹੈ ਬਿਲਕੁਲ ਬਿਲਕੁਲ ਵੀ ਜਦੋਂ ਆਪਾਂ ਕਿਸੇ ਦਾ ਗਾਣੇ ਗਾ ਕੇ ਨਾ ਅਗਲੇ ਦੀ ਮਰਜ਼ੀ ਹੈ ਵੀ ਤੁਹਾਨੂੰ ਦਿੰਦਾ ਲਿਰਿਕਸ ਨਹੀਂ ਦਿੰਦਾ ਹਾਂਜੀ ਹਾਂਜੀ ਅੱਛਾ ਜਿਹੜੇ ਆਪਾਂ ਗਾਣੇ ਸੁਣੇ ਆ ਇਹ ਵੀ ਤੁਸੀਂ ਆਪ ਲਿਖੇ ਨੇ ਜਿਵੇਂ ਆਹ ਹਾਂਜੀ ਹਾਂਜੀ ਅੱਛਾ ਦੋਨੋਂ ਹਾਂਜੀ ਤਾਂ ਬਾ ਕਮਾਲ ਜੀ ਪਹਿਲਾਂ ਦਾ ਜਿਹੜਾ ਗਾਣਾ ਸੀ ਬਹੁਤ ਲਿਰਿਕਸ ਕਮਾਲ ਸੀ ਦੋਨੋਂ ਹੀ ਬਾ ਕਮਾਲ ਸੀਗੀ ਹੈ ਨਾ ਵਾਹ ਜੀ ਵਾਹ ਬਹੁਤ ਵਧੀਆ ਜੀ ਅਸੀਂ ਆਸ ਕਰਦੇ ਵੀ ਹੁਣ ਕੋਈ ਗੱਲ ਨਹੀਂ ਦੇਰ ਆਏ ਦਰੁਸਤ ਆਏ ਜੇ ਕੋਈ ਟਾਈਮ ਲੱਗ ਗਿਆ ਤਾਂ ਕੀ ਹੋਇਆ ਹੈ ਨਾ ਬੜਾ ਚੰਗਾ ਲੱਗ ਰਿਹਾ ਗੱਲਬਾਤ ਕਰਕੇ ਆਪਾਂ ਪਰ ਪ੍ਰੋਗਰਾਮ ਨੂੰ ਸਮੇਟਣਾ ਵੀ ਹੈ ਨਾ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਕੋਈ ਗਾਇਕੀ ਦਾ ਕੋਈ ਹੋਰ ਰੰਗ ਹੋ ਜਾਏ ਜਿਹੜਾ ਤੁਹਾਡੇ ਦਿਲ ਦੇ ਨੇੜੇ ਕੋਈ ਰੋਮਾਂਟਿਕ ਕੋਈ ਹੋਰ ਸਾਈਡ ਜੋ ਤੁਸੀਂ ਗਾਣਾ ਚਾਹੋ ਅਤੇ ਲਾਸਟ 'ਤੇ ਸਾਨੂੰ ਉਹ ਗਾਣਾ ਸੁਣਾ ਦਿਓ ਅਤੇ ਉਸ ਤੋਂ ਬਾਅਦ 'ਚ ਆਪਾਂ ਪ੍ਰੋਗਰਾਮ ਨੂੰ ਸਮੇਟ ਦੇਣਾ ਜੀ ਹਾਂਜੀ ਇੱਕ ਗੀਤ ਹੈ ਜਿਹਨੂੰ ਸੋਚ ਰਹੇ ਹਾਂ ਕਿ ਚਲੋ ਅਪਕਮਿੰਗ ਜੇ ਗਿਟਾਰ ਦੇ ਨਾਲ ਸੁਣਾ ਦਿਓ ਤਾਂ ਮੈਨੂੰ ਲੱਗਦਾ ਹੋਰ ਥੋੜ੍ਹਾ ਵਧੀਆ ਹੋ ਜੂਗਾ ਨਾਲੇ ਗਿਟਾਰ ਨਾਲ ਥੋੜ੍ਹਾ ਮੈਨੂੰ ਗਲੇ ਨੂੰ ਹੋ ਰਿਹਾ ਮੈਨੂੰ ਲੱਗ ਰਿਹਾ ਗਲਾ ਆਵਾਜ਼ ਦਬ ਨਾ ਜਾਵੇ ਗਿਟਾਰ 'ਚ ਓਕੇ ਜੀ ਜੀ ਥੋੜ੍ਹਾ ਗਲਾ ਚੱਲਣ 'ਚ ਮੁਸ਼ਕਿਲ ਆ ਰਹੀ ਹੈ ਹਾਂਜੀ ਹਾਂਜੀ ਕੋਈ ਨਾ ਨੇਚਰ ਤੋਂ ਵਾਰਸ ਦੀ ਹੀਰ ਲੱਗਦੀ ਆ ਬਿਊਟੀ ਉਹਦੀ ਜਮਾ ਕਸ਼ਮੀਰ ਲੱਗਦੀ ਆ ਨੇਚਰ ਤੋਂ ਵਾਰਸ ਦੀ ਹੀਰ ਲੱਗਦੀ ਬਿਊਟੀ ਉਹਦੀ ਜਮਾ ਕਸ਼ਮੀਰ ਲੱਗਦੀ ਜਿਹੜਾ ਉਹਨੂੰ ਵੇਖੇ ਵੇਖਦਾ ਹੀ ਰਹਿ ਗਿਆ
ਹੋਰ ਦੱਸ ਆਖਣੇ ਨੂੰ ਕੀ ਰਹਿ ਗਿਆ ਹੋਰ ਦੱਸ ਆਖਣੇ ਨੂੰ ਕੀ ਰਹਿ ਗਿਆ ਹੋਰ ਦੱਸ ਆਖਣੇ ਨੂੰ ਕੀ ਰਹਿ ਗਿਆ ਵਾਹ ਜੀ ਵਾਹ ਬਾਕਮਾਲ ਦੇਖੋ ਮੈਂ ਸਮਝ ਸਕਦਾ ਅਸਲ 'ਚ ਤੁਸੀਂ ਇੱਕ ਲੰਬੇ ਸਫ਼ਰ ਤੋਂ ਆਏ ਹੋ ਹੈ ਨਾ ਦਿੱਲੀ ਤੋਂ ਆ ਰਹੇ ਹੋ ਸਿੱਧੇ ਅਤੇ ਜ਼ਾਹਿਰ ਜੀ ਗੱਲ ਆ ਵੀ ਜਿਵੇਂ ਤੁਸੀਂ ਕੱਲ੍ਹ ਪਰਸੋਂ ਦੇ ਟਰੈਵਲ ਕਰ ਰਹੇ ਹੋ ਤਾਂ ਗਲਾ ਦਾ ਥੱਕਣਾ ਫਿਰ ਅਸੀਂ ਅਚਨਚੇਤ ਤੁਹਾਡੇ ਕੋਲ ਆ ਗਏ ਹੈ ਨਾ ਤਾਂ ਕੋਈ ਗੱਲ ਨਹੀਂ ਸੋ ਕੋਈ ਨਾ ਫਿਰ ਆਪਾਂ ਮੁਲਾਕਾਤ ਕਰਾਂਗੇ ਕਿਸੇ ਦਿਨ ਉਹਨੇ ਸਪੈਸ਼ਲ ਤੁਹਾਡੇ ਤੋਂ ਵਧੀਆ ਵਧੀਆ ਗਾਣੇ ਸਾਰੇ ਹੈ ਨਾ ਪਿਛਲੇ ਅਪਕਮਿੰਗ ਬਾਕੀ ਮੈਨੂੰ ਬਹੁਤ ਸਕੂਨ ਮਿਲਿਆ ਕਿਉਂਕਿ ਬਾਕੀ ਬਹੁਤ ਅੱਛੇ ਲਿਰਿਕਸ ਤੁਸੀਂ ਜਿਵੇਂ ਮੈਂ ਸ਼ੁਰੂ 'ਚ ਕਹਿਤਾ ਸੀ ਨਾ ਵੀ ਤੁਸੀਂ ਲਿਟਰੇਚਰ ਪੜ੍ਹਦੇ ਜੀ ਹੈ ਨਾ ਮੈਨੂੰ ਲੱਗਾ ਵੀ ਗੱਲਾਂ ਬਾਤਾਂ ਤੋਂ ਵੀ ਤੁਸੀਂ ਹੋ ਨਾ ਜਿਹੜਾ ਲਿਟਰੇਚਰ ਬੰਦਾ ਪੜ੍ਹਦਾ ਉਹਦੀ ਗੱਲਬਾਤ ਦਾ ਹੀ ਵੀ ਹੋਰ ਹੁੰਦਾ ਹੈ ਨਾ ਬਹੁਤ ਉਹੀ ਚੀਜ਼ ਤੁਹਾਡੇ ਗਾਣਿਆਂ ਦੇ ਵਿੱਚ ਵੀ ਝਲਕ ਰਹੀ ਹੈ ਨਾ ਸੋ ਬਹੁਤ ਚੰਗਾ ਲੱਗਾ ਅਰਵਿੰਦ ਬਾਈ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ ਤੁਸੀਂ ਇੰਨੇ ਥਕਾਵਟ ਦੇ ਬਾਵਜੂਦ ਵੀ ਤੁਸੀਂ ਕਿਹਾ ਵੀ ਕੋਈ ਚੱਕਰ ਨਹੀਂ ਆਪਾਂ ਕਰਦੇ ਹੋਣੇ ਹੈ ਨਾ ਥੈਂਕ ਯੂ ਅਤੇ ਸੋ ਬਹੁਤ ਧੰਨਵਾਦ ਅਤੇ ਫਿਰ ਮੁਲਾਕਾਤ ਕਰਾਂਗੇ ਆਪਾਂ ਠੀਕ ਹੈ ਸੋ ਦਰਸ਼ਕੋ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਤੁਸੀਂ ਦੇਖਦੇ ਰਹੋ ਪਲੱਸ ਟੀਵੀ ਧੰਨਵਾਦ ਜੀ